www.mytvc.us. Fun ka hangama, My TV Radio. Welcome to the world of entertainment, connecting people with culture. Enjoy one app. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮੋਨੀ ਗਿੱਲ ਔਰ ਤੁਹਾਡਾ ਸਾਰਾ ਦਾ ਸਵਾਗਤ ਹੈ ਮਾਈ ਟੀਵੀ ਦੇ ਪ੍ਰੋਗਰਾਮ ਨਾਲ। ਪ੍ਰੋਗਰਾਮ ਦਾ ਨਾਮ ਹੈਗਾ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਮਿਸਟਰ ਗਿੱਲ ਨੂੰ ਅਸੀਂ ਅੱਜ ਕਿੱਦਾਂ ਬਾਹਰ, ਕਿਉਂਕਿ ਅੱਜ ਵੂਮੈਨ ਪਾਵਰ ਨੂੰ ਸਪੋਰਟ ਕੀਤਾ ਜਾ ਰਿਹਾ ਅਤੇ ਸੋਚਿਆ ਕਿ ਸਾਰੀ ਜਿਹੜੀ ਲਾਈਮ ਲਾਈਟ ਮੈਂ ਹੀ ਲੈ ਜਾ ਮਹਿਰਾ ਜੀ ਤੋਂ। ਇਹਨਾਂ ਦਾ ਜਿੰਨਾ ਪਿਆਰ ਹੈ ਜਾਂ ਇਹਨਾਂ ਦੇ ਪਰਛਾਵਾਂ ਸਾਡੇ ਨਾਲ ਬਹਿਣਾ ਹੀ ਬੜੀ ਵੱਡੀ ਗੱਲ ਹੈ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਾਈ ਟੀਵੀ 'ਤੇ। ਖੁਸ਼ ਰਹੋ, ਸਲਾਮਤ ਰਹੋ ਅਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਬਹੁਤ ਟਾਈਮ ਅਸੀਂ ਰੱਖਣਾ ਚਾਹ ਰਹੇ ਸਾਂ ਤੁਹਾਡੇ ਵੱਲ, ਤੁਹਾਡੇ ਨਾਲ ਬਹਿ ਕੇ ਕੁਝ ਗੱਲਬਾਤ ਕੀਤੀ ਜਾਵੇ ਅਤੇ ਥੈਂਕਸ ਗੋਡ ਕਿ ਅੱਜ ਉਹ ਦਿਨ ਮੇਰੀ ਜ਼ਿੰਦਗੀ 'ਚ ਸਾਡੇ ਲਈ ਉਹ ਦਿਨ ਆ ਗਿਆ। ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ, ਸਾਰੀ ਰਾਤ ਦੀ ਸੁੱਤੀ ਵੀ ਨਹੀਂ ਹੋਈ ਕਿਉਂਕਿ ਪੋਸਟਰ ਬਣ ਰਿਹਾ ਸੀ ਕਿ ਸਡਨ ਪਤਾ ਚੱਲਿਆ ਕਿ ਉਹ ਸ਼ੀ ਇਜ਼ ਕਮਿੰਗ ਇਨ ਟੂ ਦ ਟਾਊਨ ਔਰ ਇੱਕ ਦਿਨ ਪਹਿਲਾਂ ਆ ਰਹੇ ਨੇ ਔਰ ਸੋ ਲੱਕੀ ਟੂ ਹੈਵ ਹਰ। ਔਰ ਹਿਊਜ ਫੈਨ ਦੀ ਗੱਲ ਕਵਾਂ ਤਾਂ ਪਾਕਿਸਤਾਨ ਦੀ ਕੁਛ ਫਨਕਾਰਾਂ ਐਸੀਆਂ ਨੇ ਜਿਨ੍ਹਾਂ ਨੇ ਬੜਾ ਨਾਮ ਕਮਾਇਆ ਔਰ ਕੁਛ ਫਨਕਾਰਾਂ ਐਸੀਆਂ ਨੇ ਗਾਇਕੀ ਦੇ ਵਿੱਚ ਆਪਣਾ ਨਾਮ ਕਮਾਇਆ, ਐਸਾ ਨਾਮ ਕਮਾਇਆ ਕਿ ਵਰਸਟੈਲਿਟੀ ਔਰ ਸਟੇਜ ਗਾਇਕੀ ਔਰ ਰਿਕਾਰਡਿੰਗ ਗਾਇਕੀ ਜਿਹਨੂੰ ਕਹਿੰਦੇ ਨਾ, ਦੋਨਾਂ 'ਤੇ ਮਾਹਿਰਤ ਹਾਸਿਲ ਕਰਨੀ ਬੜੀ ਮੁਸ਼ਕਿਲ ਗੱਲ ਹੈ। ਕਈ ਲੋਕ ਸਿਰਫ ਰਿਕਾਰਡਿੰਗਾਂ 'ਚ ਹੀ ਅੱਛੇ ਨੇ, ਮੈਂ ਮਾਇੰਡ ਨਾ ਕਰਨਾ ਕਿਉਂਕਿ ਜਿਹੜੀ ਗੱਲ ਸੱਚ ਹੈ, ਲੇਕਿਨ ਕਈ ਲੋਕ ਜਦੋਂ ਲਾਈਵ ਗਾਉਂਦੇ ਨੇ ਔਰ ਸੁਰ ਦੇ ਨਾਲ ਗਾਉਂਦੇ ਨੇ, ਇਹ ਵਨ ਆਫ ਦੈਮ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਕਿ ਲਾਈਵ ਸਿੰਗਿੰਗ ਮੁਸ਼ਕਿਲ ਹੁੰਦੀ ਹੈ ਅਤੇ ਉਹਦਾ ਪਰਖ ਬਿਹਤਰ ਰਹਿੰਦੀ ਹੈ ਕਿ ਜਦੋਂ ਲਾਈਵ ਕੋਈ ਆਰਟਿਸਟ ਗਾ ਰਿਹਾ ਹੋਵੇ ਅਤੇ ਸੁਣਨ ਵਾਲੇ ਸਮਝਣ ਵਾਲੇ। ਹੁਣ ਤਾਂ ਮੈਂ ਖਾਲੀ ਲੋਕ ਕਾਫੀ ਸਮਝਣ ਲੱਗ ਪਏ ਨੇ ਕਿ ਲਾਈਵ ਗਾ ਰਿਹਾ ਜਾਂ ਨਹੀਂ ਗਾ ਰਿਹਾ ਹੈ। ਹੈ ਕਈ ਕਈ, ਲੇਕਿਨ ਮੈਜੋਰਿਟੀ ਅੱਜ ਕੱਲ੍ਹ ਰਿਕਾਰਡਿੰਗ ਕਰਕੇ ਵੀ ਗਾ ਰਹੇ ਨੇ। ਹਾਂ, ਉਹ ਵੀ ਟ੍ਰੈਂਡ ਆ ਗਿਆ, ਉਹ ਵੀ ਆ ਗਿਆ। ਉਹ ਇੱਕ ਤਾਂ ਪ੍ਰਦੇਸ਼ ਦੇ ਵਿੱਚ ਮਿਊਜ਼ੀਸ਼ੀਅਨ ਇਕੱਠੇ ਕਰਨੇ ਬੜੇ ਮੁਸ਼ਕਿਲ ਹੋ ਜਾਂਦੇ ਨੇ। ਬਿਲਕੁਲ ਐਂਜੀ ਹੈ। ਹਾਂਜੀ, ਬਿਲਕੁਲ ਐਂਜੀ। ਅਤੇ ਦੂਸਰਾ ਮੈਂ ਕਹਾਂਗੀ ਕਿ ਫਿਲਮਾਂ ਦੇ ਵਿੱਚ ਕਿਉਂ ਨਹੀਂ ਕਦੇ ਟਰਾਈ ਕੀਤਾ, ਕਿਉਂਕਿ ਫਾਦਰ ਸਾਹਿਬ ਦੀ ਐਡੀ ਵੱਡੀ ਉਹਨਾਂ ਦੀ ਨੌਲੇਜ ਔਰ ਉਸ ਇੰਡਸਟਰੀ ਦੇ ਵਿੱਚੋਂ ਹੋ ਕੇ, ਕਦੇ ਲੱਗਿਆ ਕਿ ਮੈਂ ਫਿਲਮਾਂ ਦੇ ਵਿੱਚ ਆਉਣਾ ਚਾਹੀਦਾ? ਮੈਨੂੰ ਆਫਰਸ ਆਉਂਦੀਆਂ ਰਹਿੰਦੀਆਂ ਸਨ, ਲੇਕਿਨ ਮੈਂ ਸਮਝਦੀ ਹਾਂ ਕਿ ਜੋ ਇੱਕ ਸ਼ੌਕ ਹੁੰਦਾ ਨਾ, ਇਹ ਵੀ ਐਕਟਿੰਗ ਦਾ ਵੀ ਸ਼ੌਕ ਹੁੰਦਾ ਹੈ ਅਤੇ ਬਹੁਤ ਸਾਰੇ ਲੋਕ, ਬਹੁਤ ਸਾਰੇ ਆਰਟਿਸਟ ਐਸੇ ਵੀ ਰਹੇ ਨੇ ਕਿ ਜਿਨ੍ਹਾਂ ਨੇ ਸਿੰਗਿੰਗ ਦੇ ਨਾਲ ਨਾਲ ਐਕਟਿੰਗ ਦਾ ਐਕਟਿੰਗ ਵੀ ਕੀਤੀ ਜੀ, ਅਤੇ ਮੈਨੂੰ ਉਹ ਸ਼ਾਇਦ ਸ਼ੌਕ ਨਹੀਂ ਸੀ, ਵਰਨਾ ਮੈਂ ਕੋਈ ਪ੍ਰੋਬਲਮ ਨਹੀਂ ਸੀ। ਅੱਛਾ, ਲੇਕਿਨ ਪਾਪਾ ਵੱਲੋਂ ਇੱਦਾਂ ਅਲਾਊਡ ਸੀ? ਹਾਂ ਜੀ, ਅਲਾਊਡ ਸੀ। ਓਕੇ, ਅਤੇ ਮਿਊਜ਼ਿਕ ਦੇ ਵੱਲ ਪਾਸੇ ਆਉਂਦੇ ਹਾਂ ਅਤੇ ਮਿਊਜ਼ਿਕ ਕਿਸ ਤਰ੍ਹਾਂ ਲੱਗਿਆ ਕਿ ਮੈਂ ਮਿਊਜ਼ਿਕ ਹੀ ਕਰਨਾ? ਮਿਊਜ਼ਿਕ ਕਿਉਂਕਿ ਸਪੋਰਟ ਸੀ ਪਾਪਾ ਦੀ ਬਹੁਤ ਜ਼ਿਆਦਾ ਮੈਨੂੰ, ਅਤੇ ਉਹ ਰਾਈਟਰ ਸਨ, ਸਿੰਧੀ ਫਿਲਮਾਂ ਉਹਨਾਂ ਨੇ ਬਹੁਤ ਜ਼ਿਆਦਾ ਲਿਖੀਆਂ, ਪ੍ਰੋਡਿਊਸ ਕੀਤੀਆਂ, ਅਤੇ ਉਹ ਘਰ ਜਿਹੜਾ ਮਿਊਜ਼ਿਕ ਡਾਇਰੈਕਟਰ ਆਉਂਦੇ ਸਨ, ਗਾਣੇ ਬਣਾਉਂਦੇ ਸਨ ਅਤੇ ਮੈਂ ਸੁਣਦੀ ਰਹਿੰਦੀ ਸਾਂ ਕਿ ਉਹ ਅੰਕਲ ਨੇ ਫਲਾਣਾ ਗਾਣਾ ਬਣਾਇਆ, ਮੈਂ ਫਿਰ ਪਾਪਾ ਨੂੰ ਸੁਣਾਉਣਾ, ਕਹਿੰਦੇ ਤੁਸੀਂ ਆਵਾਜ਼ ਕਿੰਨੀ ਅੱਛੀ, ਤਾਂ ਅੰਮੀ ਨੂੰ ਪਤਾ ਸੀ, ਤਾਂ ਮੈਂ ਕਹਿੰਦਾ ਸਾਂ ਆਵਾਜ਼ ਅੱਛੀ ਹੈ ਅਤੇ ਲੇਕਿਨ ਕੀ ਕਰਨਾ ਹੈ। ਤਾਂ ਮਾਸ਼ਾਅੱਲਾ ਦੇਖੋ, ਉਸ ਦੌਰ 'ਚ ਜਦੋਂ ਬੱਚੀਆਂ ਨੂੰ ਪੜ੍ਹਨ ਦਾ ਵੀ ਇੰਨਾ ਨਹੀਂ ਹੁੰਦਾ ਸੀ ਕਿ ਪੜ੍ਹਾਈ ਦੇ ਵਾਸਤੇ ਵੀ ਅਲਾਓ ਨਹੀਂ ਸੀ ਹੁੰਦਾ ਕਿ ਉਹ ਜਾ ਕੇ ਬਾਹਰ ਜਾਣ, ਅਤੇ ਮੇਰੇ ਵਾਲਦ ਸਾਹਿਬ ਨੇ ਬਹੁਤ ਅੱਛਾ ਸਟੈਪ ਲਿਆ ਅਤੇ ਮੈਂ ਸਮਝਦੀ ਹਾਂ ਕਿ ਉਹਨਾਂ ਨੇ ਸਪੋਰਟ ਨਾ ਹੁੰਦੀ ਤਾਂ ਮੈਂ ਤਾਂ ਪਤਾ ਨਹੀਂ ਬਹੁਤ ਪਹਿਲੇ ਗੁਮਨਾਮ ਜ਼ਿੰਦਗੀ ਜੀ ਵੀ ਹੁੰਦੀ। ਲੇਕਿਨ ਇੱਕ ਔਰਤ ਹੁੰਦਾ, ਇੱਕ ਦੂਸਰਾ ਇੱਕ ਹੋਰ ਪ੍ਰੋਬਲਮ ਹੈ ਕਿ ਜਦੋਂ ਤੁਸੀਂ ਵਿਆਹੇ ਜਾਂਦੇ ਹੋ, ਹਾਂਜੀ, ਦੈਨ ਤੁਹਾਨੂੰ ਆਪਣੇ ਹਸਬੈਂਡ ਦੀ ਪਰਮਿਸ਼ਨ ਚਾਹੀਦੀ ਹੁੰਦੀ। ਬਿਲਕੁਲ। ਸੋ ਯੂ ਬੀਇੰਗ ਲੱਕੀ ਕਿ ਤੁਹਾਨੂੰ ਹਸਬੈਂਡ ਐਸੇ ਮਿਲੇ ਨੇ ਕਿ ਜਿਨ੍ਹਾਂ ਨੇ ਸਪੋਰਟ ਕੀਤਾ, ਬਹੁਤ ਸਪੋਰਟ, ਔਰ ਮੈਂ ਤਾਂ ਆਪਣੀ ਅੱਖਾਂ ਨਾਲ ਉਹਨਾਂ ਨੂੰ ਅੱਜ ਪਹਿਲੀ ਵਾਰ ਵੇਖ ਰਹੀ ਹਾਂ। ਬਹੁਤ ਸਪੋਰਟ ਰਹੀ ਹੈ ਅਲਹਮਦੁਲਿਲਾ। ਹਾਂਜੀ, ਮੇਰੇ ਕਜ਼ਨ ਨੇ, ਅਤੇ ਮੈਂ ਸਮਝਦੀ ਹਾਂ ਕਿ ਕਹਿੰਦੇ ਬਾਕੀ ਜੋੜੇ ਅੱਲਾ ਬਣਾਉਂਦਾ ਹੈ, ਉੱਥੇ ਹੀ ਜੋੜੇ ਬਣਦੇ ਨੇ, ਅਤੇ ਕੌਣ ਕਿਹਦੇ ਆਸੇ ਬਿਹਤਰ ਹੈ ਉਹ ਬਿਹਤਰ ਜਾਣਦਾ ਹੈ। ਕਿਉਂਕਿ ਜਿੰਨੀ ਕੁ ਦੇਰ ਮੈਂ ਮਿਲੀ ਹਾਂ, ਮੈਨੂੰ ਉਹਦੇ 'ਚ ਪਤਾ ਚੱਲਿਆ ਕਿ ਹੀ ਇਜ਼ ਵੈਰੀ ਕੇਅਰਿਵ। ਜੀ ਹਾਂ, ਸਪੋਰਟਿਵ, ਤੇਰੇ ਆਹ ਠੀਕ ਨਹੀਂ ਹੈ, ਬਹੁਤ ਘੱਟ ਮੈਂ ਇਸ ਤਰ੍ਹਾਂ ਦੇ ਲੋਕ ਦੇਖੇ ਨੇ। ਸੋ ਦੇ ਆਰ ਲਾਈਕ ਅ ਫਰੈਂਡ। ਜੀ ਬਿਲਕੁਲ, ਹੀ ਇਜ਼ ਲਾਈਕ ਅ ਫਰੈਂਡ, ਹੈਨਾ। ਸੋ ਇਹ ਬੜੀ ਕਿਸਮਤ ਦੀ ਗੱਲ ਹੈ ਕਿ ਅੱਛਾ ਸ਼ੋਰ ਮਿਲਣਾ। ਸਹੀ, ਬਿਲਕੁਲ ਐਂ ਜੀ। ਨਹੀਂ ਤਾਂ ਉਹੀ ਅਗੇਨ ਤੁਹਾਡੀ ਸਾਰਾ ਟੈਲੈਂਟ ਵਿਆਹ ਦਾ ਬਿਆਹ ਰਹਿੰਦਾ। ਐਂ ਜੀ, ਬਿਲਕੁਲ। ਤੇ ਹਸਬੈਂਡ ਨੂੰ ਗਾਇਕੀ ਦਾ ਸ਼ੌਂਕ? ਸੁਣਨ ਦਾ। ਸੁਣਨ ਦਾ? ਅੱਛਾ, ਸੁਣਕਾਰ ਜੀ, ਸੁਣਕਾਰ ਨੇ। ਵੈਸੇ ਕਦੇ ਇਦਾਂ ਹੋਇਆ ਕਿ ਦੋਨਾਂ ਨੇ ਤਾਲਮੇਲ ਬਿਠਾਈ ਹੋਵੇ? ਨਹੀਂ, ਸਹੀ ਜ਼ਰੂਰ ਹੋਏਗਾ, ਮਾਈ ਟੀਵੀ ਕੇ ਸਟੂਡੀਓ ਮੇ ਸਭ ਕੁਝ ਹੋਗਾ। ਬਿਹਾਈਂਡ ਦ ਸੀਨ ਅਸੀਂ ਕਰਾਂਗੇ, ਅਸੀਂ ਰਿਕਾਰਡਿੰਗ ਨਹੀਂ ਪਾਵਾਂਗੇ, ਲੇਕਿਨ ਚਾਹਾਂਗੇ ਕਿ ਸੁਣੀਏ ਕਿ ਕੀ ਗਾਉਂਦੇ ਨੇ ਜਾਂ ਕੀ ਕਿਸ ਤਰ੍ਹਾਂ। ਉਹ ਨਹੀਂ, ਬਹੁਤ ਹੀ ਆਵਾਜ਼ ਨਹੀਂ ਹੈ। ਅੱਛਾ, ਟਰਾਈ ਕੀਤੀ? ਟਰਾਈ ਗਾ ਕਰ ਦੇ, ਮੈਂ ਫਿਰ ਮਨਾ ਕਰਨੇ ਕਿ ਨਾ ਗਾਇਆ ਕਰੋ। ਕਦੇ ਕਦੇ ਗੁਣਗੁਣਾਉਣਾ ਹੁੰਦਾ ਨਾ, ਕੋਈ ਗਾਣਾ ਗੁਣਗੁਣਾਉਂਦਾ, ਤਾਂ ਮੈਂ ਮੈਨੂੰ ਵੇਖਦੇ ਨੇ ਕਿ ਮੈਂ ਬਸੁਰਾ ਜ਼ਾਹਿਰ।
ट्राई करना है हां फिर चुप कर दे लेकिन सुन भाई ये बहुत अच्छा है हां ऑफ कोर्स ये बड़ी वड्डी गल है इथे होना ना हां बड़ी इंपॉर्टेंट चीज है बड़ी पर मां इथे ना होवे हां क्योंकि जे इथे मैं तुसी एंजॉय कर सकदे हो कि गा के रे क्या बात है ना बिल्कुल ते हुणे दसो कि शुरुआत जदो ऑफ कोर्स मैं पुराने इंटरव्यू रिपीट नहीं करना चाहंदी बिकॉज़ दिस इज माय टीवी सही सब तो पहला जिवें स्कूल या कॉलेज च मौका मिलिया गाण दा ते किस तरह फ्रेंड सर्कल किवें सी बड़ा सपोर्टिव सी टीचर किस तरह दे सी फ्रेंड सर्कल बहुत अच्छा सी ते बच्चा जो टैलेंट हो स्कूल च भी होवे ना तो पता लग जांदा है टीचर्स नूं ते मैं मेरी आवाज अच्छी से मैं स्टार्ट जो आगाज नाता पढ़नी ते जो असेंबली होंगी है तो वो आहिस्ता 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 एक एक टाइम ऐसा आया कि जो कोई अच्छे वे इवेंट्स भी होंगे सन तो मैं कहने जी गाना तो हमारा नहीं गाना है ना तो नाम लिखा जाए उ मेरा नाम लिख देना परमानेंट है ना ते सपोर्ट सारी क्लास ही होंगी सी बड़ा फिर ऑब्वियसली पूरे स्कूल की सपोर्ट जो स्टेज से मैं परफॉर्म कर रही होंगी सर तो सारे स्कूल बड़ा मजा आता सी दौर इन्ना अच्छा सी बस सिक्स सैवन छठी या सत्तवीं क्लास की गल दस रही थानू मैं तो मैट्रिक तक यह सिलसिला चलता रहा सी वाह हाँ सो उस तो बाद जो प्रोफेसनल फील्ड से आए स्कूल तो बाद या कॉलेज तो बाद ever jada ki lagya ki yeah I did something ki main hun humaira ban gayi ha humaira channa ban gayi ha te oh kehdi time si oh ek mainu mauka milya si PTV Karachi perform karan da te oh ch kalam san sufiana kalam oh bahut zyada hit reha program mera first hi attempt si meri te ohde baad fir ek bahut shohra afaq program si silver jubilee jide ch sade pakistan de bahut vadde vadde naam लाइक सजाद अली ते बेंजमिन सिस्टर्स उस प्रोग्राम तो असी सब इंट्रोड्यूस इकट्ठे ही सारा बैच सी उस टाइम दा जी उस टाइम दा ते बस वो प्रोग्राम दा समय निकल दे बाद पे मनु फील होया कि मेरे मनु गाना मौका मिला सी जुबैदा खानम जी दा असा जान के मिट लिया कोई ते ई केडी जुबान दे विच है पंजाबी च पंजाबी च जी पंजाबी च असा जान के मिट लिया आख वे हां ते ओ बड़ा हिट रिया सी वाह ते ज्यादातर क्योंकि तुहाडी पंजाबी भी मैं बड़ी सुनी है ज्यादा पंजाबी क्योंकि खुद पंजाबी हां ते मैं ज्यादातर वही सुनती हां जेडे कि ज्यादा अच्छे तरीके ना समझ आंदे पंजाबी ज्यादा पसंद करदी हां सराई की आंदी ही नहीं थोड़ी बहुत ओदे वर्ड हैगे ने पंजाबी वर्गे मिलदे ने हां जी ते सिंधी दे भी थोड़ा अंडरस्टैंड नहीं हो पांदा सुर समझ आंदे बिल्कुल लेकिन वर्ड्स जो नहीं है ओ नहीं समझ आंदे नहीं समझ आंदे लेकिन पंजाबी तुहाडे से कोई नहीं छड़दे हां ते पवा कोई भी हो लेकिन मैं तुहानू होर भी सिंगर तुहाडे लाइव anytime you here in DMV area especially is area ch agar tusi hunde ho tuhanu kithe vi kuch ho reha hunda na meri koshish hundi hai main ja ke suna tusi pakistan mele ch vi aaye sige ha te main kuch saal pehle vi aaye sige odo vi sunya siga te tusi gaye si ghum ch rakhda ha inna ka difficult hai edi shuruaat jehdi karni hai na ha ਉਹ ਜਦੋਂ ਤੁਸੀਂ ਪਹਿਲਾਂ ਸ਼ੁਰੂਆਤ ਮੈਂ ਕਿਹਾ ਅੱਛਾ ਲੈਟਸ ਸੀ ਇਹ ਕਮਰਸ਼ੀਅਲ ਟਾਈਪ ਦੀ ਸਿੰਗਰ ਹੈ ਇਹ ਗਾ ਪਾਣੀ ਇਸ ਤਰ੍ਹਾਂ ਦਾ ਲਾਈਵ ਦੇ ਉੱਤੇ ਗਾਣਾ ਔਰ ਕਈ ਵਾਰ ਤੁਹਾਡੇ ਮਿਊਜ਼ੀਸ਼ੀਅਨ ਵੀ ਨਵੇਂ ਹੁੰਦੇ ਆ ਹਾਂਜੀ ਕਿ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਵਜਾ ਰਹੇ ਨੇ ਬਿਲਕੁਲ ਬਿਲਕੁਲ ਜੇ ਤਾਂ ਉਹ ਬੜਾ ਔਖਾ ਕੰਮ ਹੁੰਦਾ ਤੁਸੀਂ ਮਾਸ਼ਾਅੱਲਾ ਮਿਊਜ਼ਿਕ ਨੂੰ ਬਹੁਤ ਸਮਝਦੇ ਹੋ ਆਰਟਿਸਟ ਦੇ ਵਾਸਤੇ ਉਹ ਟਾਈਮ ਬੜਾ ਔਖਾ ਹੁੰਦਾ ਜਦੋਂ ਮਿਊਜ਼ੀਸ਼ੀਅਨਸ ਤੁਹਾਡੇ ਨਵੇਂ ਹੋਣ ਤੁਹਾਡੇ ਨਾਲ ਫਸਟ ਟਾਈਮ ਪਰਫਾਰਮ ਕਰ ਰਹੇ ਹੋ ਹਾਂ ਉਹਨਾਂ ਨੂੰ ਪਤਾ ਹੀ ਹੁੰਦਾ ਵਜਾਣਾ ਕੀ ਹੈ ਪਤਾ ਹੀ ਨਹੀਂ ਹੁੰਦਾ ਬਿਲਕੁਲ ਤੇ ਉਹ ਮਨ ਬਹੁਤ ਲੇਕਿਨ ਜ਼ਾਹਿਰ ਨਿਭਾਉਣਾ ਹੁੰਦਾ ਉਹ ਟਾਈਮ ਨੂੰ ਕੱਢਣਾ ਹੁੰਦਾ ਤੇ ਸੋ ਮਤਲਬ ਆਫ ਕੋਰਸ ਤੁਹਾਨੂੰ ਸੁਣਦੇ ਤਾਂ ਅਸੀਂ ਮਤਲਬ ਈਵਨ ਕਿ ਤੁਹਾਡੀ ਜਿਹੜੀ ਮੇਰੀ ਮੈਂ ਤੁਹਾਨੂੰ ਅਗਰ ਮੇਰਾ ਫਰਸਟ ਕੋਈ ਸੌਂਗ ਸੁਣਿਆ ਹੋਏਗਾ ਨਾ ਕਿਉਂਕਿ ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਫੈਨ ਹਾਂ ਤੇ ਉਹਨਾਂ ਦੇ ਨਾਲ ਇੱਕ ਸੌਂਗ ਦੇ ਵਿੱਚ ਸ਼ਾਇਦ ਤੁਸੀਂ ਅਲਾਪ ਕੀਤੇ ਹੈ ਸਾਂਵਰੇ ਹਾਂ ਮੈਂ ਸਾਂਵਰੇ ਉਹਨਾਂ ਨੇ ਗਾਇਆ ਜੀ ਹਾਂ ਮੈਂ ਗਾਇਆ ਉਹਨਾਂ ਨੇ ਤੇ ਉਹ ਉਹਦੇ ਵਿੱਚ ਮਤਲਬ ਬੜੀ ਨਿੱਕੀ ਜੀ ਪਿਆਰੀ ਜੀ ਆਵਾਜ਼ ਹੈ ਮਤਲਬ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਮੁਸ਼ਕਲ ਹੁੰਦਾ ਹੈ ਪਰ ਜਦੋਂ ਅਸੀਂ ਮੈਂ ਨਾਮ ਵੇਖਿਆ ਤੇ ਆਫ ਕੋਰਸ ਕਿਉਂਕਿ ਖਾਨ ਸਾਹਿਬ ਦੇ ਫੈਨ ਆ ਤੇ ਜੀ ਬਿਲਕੁਲ ਇਟਸ ਸੰਗ ਬਾਈ ਯੂ ਤੇ ਉਹ ਕਿੰਨੇ ਕੁ ਸਾਲ ਦੇ ਹੋਗੇ ਤੁਸੀਂ ਉੱਥੇ ਮੈਂ ਮੈਟ੍ਰਿਕ ਇਸਾਂ ਤੇ ਆ ਵਾਸ ਲਾਈਕ 18 ਓ ਵੈਰੀ ਯੰਗ ਤੇ ਫਿਰ ਅਦਾਂ ਨਹੀਂ ਫੀਲ ਹੋਇਆ ਕਿ ਔਰੇ ਮੈਂ ਨੁਸਰਤ ਫਤਿਹ ਅਲੀ ਕੇ ਸਾਥ ਗਾ ਰਹੀ ਹਾਂ ਬਹੁਤ ਮੈਂ ਕਹਿੰਦੀ ਹਾਂ ਉਹਨਾਂ ਨੇ ਜਦੋਂ ਪਾਕਿਸਤਾਨ 'ਚ ਫਰਸਟ ਡੁਇਟ ਸੌਂਗ ਜਿਹੜਾ ਸੀ ਨਾ ਉਹ ਮੈਂ ਕੀਤਾ ਸੀ ਉਹਦੇ ਬਾਅਦ ਫਿਰ ਮੈਡਮ ਨੂਰਜਾਂ ਜੀ ਹੋਰ ਆਉਣੇ ਲੱਗੇ ਉਹਨਾਂ ਨੇ ਕੀਤਾ ਸੀ ਤੇ ਮੈਂ ਬੜੇ ਖੁਸ਼ ਨਸੀਬ ਹਾਂ ਕਿ ਖਾਨ ਸਾਹਿਬ ਨੇ ਮੇਰੀ ਚੁਆਇਸ ਕੀਤਾ ਕਿ ਇਹ ਗਾਣਾ ਜਿਹੜਾ ਹੈ ਮੈਨੂੰ ਵੋਕਲਸ ਜ਼ਰਾ ਇੱਕ ਅੱਛਾ ਕਹਿਣੀ ਮੈਂ ਇੱਕ ਸਾਨੀ ਅਸਥਾਈ ਸੀ ਹਾਂ ਅਸਥਾਈ ਉਹਨਾਂ ਦੀ ਸੀ ਅੰਤਰੇ ਉਹਨਾਂ ਦੇ ਸਾਨੂੰ ਇੱਕ ਸਾਨੀ ਲਾਈਨ ਮੈਂ ਕਹਿਣੀ ਹੁੰਦੀ ਸੀ ਜਿਹੜੀ ਹਾਈ ਨੋਟਸ ਦੀ ਸੀ ਤੇ ਉਹ ਬੈਨਟ ਕੁਈਨ ਦੇ ਵਾਸਤੇ ਹਾਂ ਜੀ ਇੰਡੀਅਨ ਮੂਵੀ ਦੇ ਵਾਸਤੇ ਬੜਾ ਅੱਛਾ ਇਹ ਵੱਡੀ ਗੱਲ ਸੀ ਜੀ ਇਹ ਵੱਡੀ ਗੱਲ ਕਿਉਂਕਿ ਇਹ ਸਾਡੀ ਮੂਵੀਆਂ ਨੇ ਨਾ ਜਿਹੜੀਆਂ ਸਪੈਸ਼ਲੀ ਅਗਰ ਹਿੰਦੁਸਤਾਨ ਜਾਂ ਹਾਲੀਵੁੱਡ ਜਾਂ ਬਾਲੀਵੁੱਡ ਨਾਮ ਜੁੜ ਜਾਏ ਨਾ
ਬਸ ਫਿਰ ਐਂਡ ਹੈ ਹਾਂਜੀ ਬਿਲਕੁਲ ਸਹੀ ਗੱਲ ਤੇ ਉਹ ਸਾਡੇ ਵਾਸਤੇ ਉਹ ਵੱਡਾ ਅਵਾਰਡ ਹੋਈ ਹੈ ਵੱਡਾ ਅਵਾਰਡ ਹੋਈ ਪਰ ਉਹ ਵੀ ਫਿਰ ਇਦਾਂ ਹੋਇਆ ਕਿ ਹੁਣ ਜਿਹੜੇ ਛੋਟੇ ਮੋਟੇ ਜਿਹੜੇ ਪ੍ਰਮੋਟਰ ਆਉਂਦੇ ਸੀ ਇਹ ਗਾਉਂਦੇ ਨੇ ਮੈਂ ਦਫਾ ਹੋ ਮੈਂ ਬੜੀ ਸਟਾਰ ਬਣ ਗਈ ਹੂੰ ਨਹੀਂ ਐਸਾ ਨਹੀਂ ਰਿਹਾ ਲੋਕ ਕਰਦੇ ਨੇ ਹਾਂ ਆਈ ਹੈਵ ਸੀਨ ਇਟ ਕਿਉਂਕਿ ਯੰਗ ਸੀ ਨਾ ਯੂ ਵਰ 18 ਹਾਂ ਬਿਲਕੁਲ ਤੇ ਉਹਦੇ ਚ ਵੀ ਹੁੰਦਾ ਕਿ ਹੁਣ ਮੈਂ ਆਪਣੇ ਬੇਟੇ ਦਾ ਨਾਮ ਦੱਸੇ ਕਿ ਆਈ ਐਮ ਗਾਡ ਐਦਾਂ ਫੀਲਿੰਗ ਆਈ ਕਿ ਮੈਂ ਹੁਣ ਗਾਡ ਬਣ ਗਈ ਹਾਂ ਨਹੀਂ ਐਸਾ ਨਹੀਂ ਰਿਹਾ ਕਦੇ ਮੈਂ ਸਮਝਿਆ ਕਿ ਆਰਟਿਸਟ ਨੂੰ ਥੋੜਾ ਡਾਊਨ ਟੂ ਅਰਥ ਰਹਿਣਾ ਚਾਹੀਦਾ ਔਰ ਮਿਊਜ਼ਿਕ ਨੈਵਰ ਐਂਡਿੰਗ ਹੈ ਮਤਲਬ ਲਰਨ ਕਦੀ ਵੀ ਤੁਸੀਂ ਕਰ ਸਕਦੇ ਹੋ ਹਰ ਵਾਰ ਸੁਣਦੇ ਹਾਂ ਤੇ ਨਵਾਂ ਅਸੀਂ ਕਾਰ ਦੇ ਵਿੱਚ ਹੁਣੇ ਰਾਈਡ ਸ਼ੇਅਰ ਕਰ ਰਹੇ ਸੀ ਤੇ ਇਹਨਾਂ ਨੇ ਕੁਝ ਸੁਣਾਇਆ ਸੀ ਤੇ ਉਹ ਸੁਣ ਕੇ ਲੱਗਿਆ ਕਿ ਮੈਂ ਉਸ ਤਰ੍ਹਾਂ ਦੇ ਕੰਪੀਟੀਸ਼ਨ ਕਦੀ ਸੁਣੀ ਨਹੀਂ ਸੋ ਮਿਊਜ਼ਿਕ ਇੰਨਾ ਯੂਨੀਕ ਹੈ ਆਪਣੇ ਆਪ ਦੇ ਵਿੱਚ ਹੀ ਕਿ ਜਦੋਂ ਕੁਝ ਸੁਣਦੇ ਹਾਂ ਤੇ ਲੱਗਦਾ ਕਿ ਆਪਾਂ ਆਲਰੇਡੀ ਇੰਨਾ ਕੁਝ ਸੁਣ ਚੁੱਕੇ ਹੁੰਦੇ ਹਾਂ ਕਿਉਂਕਿ ਮੈਂ ਕਵਾਲੀਆਂ ਨਹੀਂ ਛੱਡਦੀ ਨਾ ਗਜ਼ਲਾਂ ਛੱਡਦੀ ਹਾਂ ਹਾਂ ਆਈ ਐਮ ਅ ਹਿਊਜ ਫੈਨ ਸਪੈਸ਼ਲ ਕਵਾਲੀ ਦੀ ਹਿਊਜ ਫੈਨ ਇੱਡੇ ਵੱਡੇ ਫਨਕਾਰ ਦੇ ਨਾਲ ਤੁਸੀਂ ਆਲਰੇਡੀ ਕਰ ਚੁੱਕੇ ਆਪਣੇ ਕੰਮ ਜਿਹਨੂੰ ਜਿਹਨਾਂ ਕਿ ਅਸੀਂ ਰੱਬ ਵਾਂਗੂ ਮੰਨਦੇ ਹਾਂ ਕਿਆ ਬਾਤ ਹੈ ਕਿਆ ਤੇ ਸਾਡੇ ਵਾਸਤੇ ਜਿਹੜਾ ਰੱਬ ਨਾਲ ਲਗਾ ਲਿਆ ਤੇ ਤੁਸੀਂ ਇਮੇਜਿਨ ਕਰ ਲਓ ਕਿ ਤੁਹਾਡਾ ਦਰਜਾ ਵੀ ਉਹੀ ਹੈ ਕਿਆ ਬਾਤ ਹੈ ਤੁਸੀਂ ਜੁੰਦੇ ਹੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੁਸੀਂ ਇਹਨਾਂ ਮਿਊਜ਼ਿਕ ਕਰਨ ਵਾਲੇ ਨਾਲ ਇੰਨੀ ਮੁਹੱਬਤ ਰੱਖਦੇ ਹੋ ਇੰਨਾ ਪਿਆਰ ਕਰਦੇ ਹੋ ਤੇ ਤੁਹਾਡੇ ਵਜ੍ਹਾ ਨਾਲ ਹੀ ਫਿਰ ਜਿਹੜੇ ਅਸੀਂ ਆਰਟਿਸਟ ਹੈਗੇ ਨਾ ਤੁਹਾਡੇ ਅਸੀਂ ਲਿਸਨਰਸ ਦੇ ਨਾਲ ਹੀ ਯਾਨੀ ਮੈਂ ਸਮਝਦਾ ਬਰਕਤ ਤੁਹਾਡੇ ਵਜ੍ਹਾ ਨਾਲ ਹੁੰਦੀ ਹੈ ਥੈਂਕ ਯੂ ਔਰ ਅਸੀਂ ਕਹਾਂਗੇ ਕਿਉਂਕਿ ਜੇ ਸੁਣਕਾਰ ਨਹੀਂ ਹੁੰਦਾ ਤਾਂ ਗਾਇਕ ਉਸ ਤਰ੍ਹਾਂ ਦਾ ਗਾਇਆ ਨਹੀਂ ਸਕਦਾ ਲੇਕਿਨ ਜੇ ਗਾਇਕ ਨਹੀਂ ਗਾਏਗਾ ਤਾਂ ਅਸੀਂ ਕੀ ਸੁਣਾਂਗੇ ਬਿਲਕੁਲ ਸਾਡੀ ਰੂਹ ਦੀ ਖੁਰਾਕ ਹੈ ਜਿਹੜੀ ਸਿੰਗਰ ਤੋਂ ਹੀ ਆਉਂਦੀ ਹੈ ਭਾਵੇਂ ਉਹ ਕਮਰਸ਼ੀਅਲ ਮਿਊਜ਼ਿਕ ਹੋਵੇ ਅੱਜ ਕੱਲ੍ਹ ਫਿਲਮਾਂ ਸਾਡੀਆਂ ਦੇਖ ਲਓ ਪਾਕਿਸਤਾਨੀ ਫਿਲਮਾਂ ਦੇਖ ਲਓ ਇੰਡੀਅਨ ਦੇਖ ਲਓ ਬਿਨਾਂ ਗਾਣੇ ਦੇ ਚੱਲਦੀਆਂ ਹੀ ਨਹੀਂ ਚੱਲਦੀਆਂ ਨਹੀਂ ਜਦੋਂ ਤੱਕ ਉਹਦੇ 'ਚ ਅੱਜ ਕੱਲ੍ਹ ਤੁਹਾਨੂੰ ਇੱਕ ਨਵਾਂ ਚੀਜ਼ ਆ ਗਿਆ ਮਸਾਲਾ ਸੌਂਗ ਉਹ ਜ਼ਰੂਰੀ ਹੈ ਨਾ ਕਿਉਂਕਿ ਉਹ ਪਾਰਟੀ ਸੌਂਗ ਵੀ ਚਾਹੀਦਾ ਨਾ ਪਾਰਟੀਆਂ 'ਚ ਵੀ ਵੱਜਣਾ ਹਾਂਜੀ ਪੁਰਾਣੇ ਟਾਈਮ 'ਚ ਹੁੰਦਾ ਸੀ ਕਿ ਓਲਡ ਟਾਈਮ 'ਚ ਵੱਡੇ ਗੁਲਾਮ ਅਲੀ ਖਾਨ ਸਾਰੇ ਟਾਈਮ 'ਚ ਕਿ ਮਹਿਫਲਾਂ ਲੱਗਦੀਆਂ ਹੁੰਦੀਆਂ ਸੀ ਗਜ਼ਲਾਂ ਦੀਆਂ ਜਾਂ ਕਲਾਸੀਕਲ ਮਿਊਜ਼ਿਕ ਹੁੰਦਾ ਸੀ ਤੇ ਹੁਣ ਅੱਜ ਕੱਲ੍ਹ ਦਾ ਜ਼ਮਾਨਾ ਆ ਗਿਆ ਕਿ ਡਾਂਸ ਨੱਚ ਲੈ ਟੱਪ ਲੈ ਤੇ ਉਹ ਵੀ ਚਲੋ ਵਕਤ ਦੇ ਨਾਲ ਬਦਲੀ ਦਾ ਅੱਛਾ ਲੱਗਦਾ ਉਹ ਵੀ ਅੱਛਾ ਲੱਗਦਾ ਅੱਛਾ ਲੱਗਦਾ ਬਿਲਕੁਲ ਤੇ ਵੈਸੇ ਤੁਹਾਡਾ ਜਿਹੜਾ ਆਪਣਾ ਪਸੰਦ ਜਿਹੜਾ ਕਹਿੰਦੇ ਨਾ ਮਿਊਜ਼ਿਕ ਜੋਨਰਾ ਕੀ ਹੈ ਜੋਨਰਾ ਮੈਨੂੰ ਗਜ਼ਲਾਂ ਪਸੰਦ ਹੈ ਗਜ਼ਲਾਂ ਪਸੰਦ ਹੈ ਮੈਨੂੰ ਗਜ਼ਲਾਂ ਬਹੁਤ ਪਸੰਦ ਆਉਂਦੀਆਂ ਨੇ ਮੈਂ ਤੁਹਾਡੇ ਗੁਲਾਮ ਅਲੀ ਖਾਨ ਸਾਹਿਬ ਨਾਲ ਵੀ ਸੁਣੀ ਹੋਈ ਹੈ ਗਜ਼ਲ ਮਾਹੀਆ ਮਾਹੀ ਕਿ ਮਾਹੀਆ ਵੇ ਸਮਥਿੰਗ ਬੜੇ ਟਾਈਮ ਪਹਿਲਾਂ ਬਚਪਨ 'ਚ ਸੁਣੀ ਹੈ ਬਚਪਨ ਵੀ ਨਹੀਂ ਉਹਨਾਂ ਨਾਲ ਇੱਕ ਐਲਬਮ ਕੀਤੀ ਸੀ ਮੈਂ ਬਿਲਕੁਲ ਪੰਜਾਬੀ ਕਾਫੀ ਟਾਈਮ ਪਹਿਲਾਂ ਜੀ ਹਾਂ ਮਾਹੀਆ ਹੈ ਨਾ ਬਿਲਕੁਲ ਤੇ ਉਹ ਉਹਦੇ 'ਚ ਵੀ ਮੈਨੂੰ ਸਾਊਂਡ ਆਈ ਕਿ ਬੜੀ ਯੰਗ ਜਿਹੀ ਆਵਾਜ਼ ਹੈ ਤੇ ਬੜਾ ਲੱਕੀ ਮੈਂ ਕਹਾਂਗੀ ਕਿ ਯੂ ਆਰ ਵੈਰੀ ਲੱਕੀ ਕਿ ਲੈਜੈਂਡਸ ਕੋਈ ਸ਼ੱਕ ਨਹੀਂ ਲੈਜੈਂਡਸ ਨਾਲ ਕੰਮ ਕੀਤਾ ਤੇ ਬਹੁਤ ਸਟਾਰਟ ਇਚ ਹਾਂ ਮੈਂ ਖਲੇ 22 ਇਅਰਸ ਹੋ ਗਏ 23 ਸਾਲ ਹੋ ਗਏ ਹੋਣਗੇ ਉਸ ਐਲਬਮ ਨੂੰ ਆਈ ਵਾਸ ਟੂ ਯੰਗ ਵਾਓ ਔਰ ਇੱਥੋਂ ਪਤਾ ਚੱਲਦਾ ਹੈ ਕਿ ਲੈਜੈਂਡਸ ਨੂੰ ਪਤਾ ਹੈ ਕਿ ਮੈਂ ਅਗਰ ਇਹਦੇ ਤੇ ਟਰਸਟ ਕਰ ਰਿਹਾ ਯੰਗ ਬੱਚੇ ਤੇ ਟਰਸਟ ਕਰ ਰਿਹਾ ਤੇ ਇਹਦੇ ਚ ਉਹ ਗੁਣ ਹੋਏਗਾ ਦੇਖੋ ਇਹ ਉਹਨਾਂ ਨੂੰ ਸਾਰਾ ਕ੍ਰੈਡਿਟ ਜਾਂਦਾ ਹੈ ਯੈਸ ਬਿਲਕੁਲ ਜਾਂਦਾ ਔਰ ਇਹ ਮੈਂ ਕਹਾਂਗੀ ਕਿ ਅਸੀਂ ਲੱਕੀ ਹਾਂ ਕਿ ਅਸੀਂ ਅੱਜ ਇੱਕ ਯੂ ਨੋ ਰੂਮ ਸ਼ੇਅਰ ਕਰ ਰਹੇ ਹਾਂ ਸਲਾਮਤ ਰਹੀਏ ਇੱਕ ਸਟੇਜ ਸ਼ੇਅਰ ਕਰ ਰਹੇ ਹਾਂ ਸੋ ਆਈ ਐਮ ਹੰਬਲ ਔਰ ਸੋ ਹੈਪੀ ਕਿ ਅੱਜ ਹਮੇਰਾ ਜੀ ਸਾਡੇ ਨਾਲ ਨੇ ਤੇ ਹਮੇਰਾ ਜੀ ਇੱਕ ਹੋਰ ਬੰਦੇ ਨਾਲ ਤੁਸੀਂ ਇੱਕ ਬੜੀ ਖਾਸ ਐਲਬਮ ਕੀਤੀ ਇਜਾਜ਼ ਸ਼ੇਅਰ ਅਲੀ ਨਾਲ ਹਾਂ ਮਨ ਮੇਰੀ ਗੱਲ ਹਾਂ ਹਾਂ ਕੀ ਗਾਇਆ ਉਹ ਦੋਵੇਂ ਸੌਂਗਸ ਐਸੇ ਮੇਰੀ ਜ਼ਿੰਦਗੀ ਦੇ ਹੋਏ ਨੇ ਕਿ ਉਹ ਮੈਂ ਸਮਝਨੀ ਆ ਕਿ ਬਹੁਤ ਅੱਛਾ ਇਜ਼ਾਫਾ ਹੈ ਮੇਰੇ ਕ੍ਰੈਡਿਟ ਕਰੀਅਰ ਦੇ ਉਹਦੇ ਬਿਲਕੁਲ ਕਿਆ ਸੌਫਟ ਰੋਮਾਂਟਿਕ ਔਰ ਵੀਡੀਓ ਵੀ ਕਿਆ ਕਮਾਲ ਬਹੁਤ ਹਸੀਨ ਵੀਡੀਓ ਔਰ ਕਿਆ ਖੂਬਸੂਰਤ ਮੈਨੂੰ ਤਾਂ ਲੱਗਿਆ ਕੋਈ ਕਿਸੇ ਹੀਰੋਇਨ ਤੋਂ ਘੱਟ ਨਹੀਂ ਮੈਨੂੰ ਤਾਂ ਲੱਗਿਆ ਇਹਨਾਂ ਨੂੰ ਫਿਲਮਾਂ 'ਚ ਜਾਣਾ ਚਾਹੀਦਾ ਸੀ ਸੋ ਐਕਟਿੰਗ ਦਾ ਸ਼ੌਕ ਫਿਰ ਉੱਥੇ ਗੱਲ ਹੈ ਨਾ ਗਾਣੇ ਤੇ ਹਾਂ ਸੋ ਅਗਰ ਘਰ 'ਚ ਜਾਂ ਜਿੱਥੇ ਗੱਡੀ 'ਚ ਸੁਣਦੇ ਹੋ ਮਿਊਜ਼ਿਕ ਤਾਂ ਕੀ ਜ਼ਿਆਦਾ ਸੁਣਨਾ ਪਸੰਦ ਕਰਦੇ ਗਜ਼ਲ ਸੀ ਜਾਂ ਗਜ਼ਲਸ ਤੇ ਕੌਣ ਸਭ ਤੋਂ ਜ਼ਿਆਦਾ ਪਸੰਦ ਆ ਮੈਡਮ ਨੂਰਜਾਨ ਹਾਂ ਕੀ ਬਾਤ ਹੈ ਉਹਨਾਂ ਦੀਆਂ ਗਜ਼ਲਾਂ ਬਹੁਤ ਪਸੰਦ ਆਉਂਦੀਆਂ ਤੇ ਅਸੀਂ ਜੇ ਮੂਵੀਜ਼ ਦੇ ਸੌਂਗ ਸੁਣਨ ਜਨ ਜ਼ਾਹਿਰ ਸਾਰਾ ਕੁਝ ਅਪਡੇਟ ਰਹਿਣਾ ਹਾਂ ਜੀ ਹਾਂ ਜੀ ਤੇ ਆਬਵੀਅਸਲੀ ਲਤਾ ਜੀ ਹਾਂ ਵਾਹ ਆਸ਼ਾ ਜੀ ਹਾਂ ਸਹੀ ਗੱਲ ਹੈ ਜੀ ਹਾਂ ਤੇ ਹੁਣ ਦੇ ਮੇਰੇ ਵਾਸਤੇ ਨਾ ਤੁਹਾਡਾ ਉਹੀ ਦਰਜ਼ਾ ਹੈ ਐਕਚੁਅਲੀ ਕਿਉਂਕਿ ਆਫਟਰ ਮੈਡਮ ਨੂਰ ਜਹਾਂ ਤੋਂ ਬਾਅਦ ਅਗਰ ਕੋਈ ਵਰਸਟੈਲਿਟੀ ਇਜ਼ ਦ ਕੀ ਫੋਰ ਹਰ ਕੋਈ ਗਾਣਾ ਦੇਖ ਲਓ ਮੈਡਮ ਜੀ ਦਾ
ਤੇ ਉਹਨਾਂ ਦੇ ਵਿੱਚ ਅਗਰ ਕੋਈ ਰੋਮਾਂਟਿਕ Song ਹੈ ਤੇ ਪੂਰੀ ਆਸ਼ਕੀ ਉਹਦੇ ਚ ਗਾਣੇ ਚ ਆਵਾਜ਼ ਚ ਭਰੀ ਹੈ ਬਿਲਕੁਲ ਸੋ ਮੈਨੂੰ ਉਹ ਨੈਕਸਟ ਤੁਹਾਡੇ ਚ ਨਜ਼ਰ ਆਉਂਦੀ ਹੈ ਸੱਚੀ ਤਾਂ ਤੁਹਾਡੀ ਮੁਹੱਬਤ ਹੈ ਯਾ ਵੈਲਕਮ ਤੁਸੀਂ ਜਿਉਂਦੇ ਵਸਦੇ ਰਹੋ ਤੁਹਾਡੀ ਮੁਹੱਬਤ ਹੈ ਤੇ ਉਹਨਾਂ ਦੀ ਆਵਾਜ਼ ਦਾ ਜਿਹੜਾ ਤੁਸੀਂ ਕਿੰਨੀ ਅੱਛੀ ਗੱਲ ਕਰ ਰਹੇ ਹੋ ਕਿ ਅਗਰ ਪੰਜਾਬੀ ਗਾਣਾ ਕੋਈ ਰੋਮਾਂਟਿਕ ਹੈ ਤਾਂ ਉਹਨਾਂ ਨੇ ਐਕਸਪ੍ਰੈਸ਼ਨ ਆਪਣੇ ਅਲਫਾਜ਼ਾਂ 'ਚ ਹੀ ਦੇ ਦੇਣੇ ਉਹਨਾਂ ਨੂੰ ਜ਼ਰੂਰੀ ਨਹੀਂ ਕਿ ਕੁਛ ਬਹੁਤ ਜ਼ਿਆਦਾ ਅਜੀਬ ਵਖਰੀ ਆਵਾਜ਼ਾਂ ਕੱਢਣੀਆਂ ਪੈਣ ਇੰਝ ਨਹੀਂ ਸੀ ਹੁੰਦਾ ਹੈ ਨਾ ਅਤੇ ਬਹੁਤ ਬੜਾ ਘੱਟ ਰਹਿੰਦਾ ਕਿ ਆਰਟਿਸਟ ਆਪਣੀ ਆਵਾਜ਼ 'ਚ ਐਕਸਪ੍ਰੈਸ਼ਨ ਅਕੋਰਡਿੰਗਲੀ ਦੇਵੇ ਕਿ ਜੋ ਜਿਹੜਾ ਵੀ ਗਾਣਾ ਹੈ ਜਿਹੜਾ ਰੋਮਾਂਟਿਕ ਗਾਣਾ ਹੈ ਤਾਂ ਮੈਡਮ ਰੁਝਾਨ ਅਤੇ ਕਮਾਲ ਆਰਟਿਸਟ ਔਰ ਸੇਮ ਥਿੰਗ ਲਤਾ ਜੀ ਔਰ ਆਸ਼ਾ ਜੀ ਯੰਗ ਯੰਗ ਕੁੜੀਆਂ ਦੇ ਆਵਾਜ਼ ਦੇ ਵਿੱਚ ਉਹਨਾਂ ਦੀ ਆਵਾਜ਼ ਔਰ ਅਗਰ ਉਹ ਕੈਬਰੇ Song ਹੈ ਮਤਲਬ ਕਿ ਕਲੱਬ ਦੇ ਵਿੱਚ ਵੱਜ ਰਿਹਾ ਤੇ ਉਹ ਆਵਾਜ਼ ਉਦਾਂ ਦੀ ਲੱਗਦੀ ਸੀ ਕਿ ਇਹੋ ਹੀ ਗਾ ਰਹੀ ਹੈ ਔਰ ਦੇਖੋ ਕਿੰਨੀ ਸਿੰਪਲ ਲਤਾ ਜੀ ਤਾਂ ਬਿਲਕੁਲ ਹੀ ਦੋ ਗੁੱਤਾਂ ਕਰਕੇ ਸਿੰਪਲ ਪਰਸਨੈਲਿਟੀ ਔਰ ਲੇਕਿਨ ਜੋ ਗਾਣਾ ਗਾਣਾ ਤੇ ਕਾਤਿਲਾਨਾ ਯੂ ਨੋ ਇਹਦੀ ਬਰਕਤ ਕਿੰਨੀ ਸੀ ਉਹਨਾਂ ਦੀ ਆਵਾਜ਼ 'ਚ ਕਿੰਨੀ ਰੋਸ਼ਨੀ ਕਿੰਨੀ ਲੱਗਦੀ ਸੀ ਕਿ ਕੋਈ ਆਸਮਾਨੀ ਆਵਾਜ਼ ਹੈ ਹੈ ਗਾਣੇ ਦੇ ਵਿੱਚ ਪਾਪ ਪਾਕੀਜ਼ਾ ਆਵਾਜ਼ ਹਾਂ ਮਤਲਬ ਜੋ Song ਕਹਿ ਰਿਹਾ ਨਾ ਰਿਕੁਆਇਰਮੈਂਟ ਕਿ ਇਹਦੇ 'ਚ ਮੈਂ ਜੇ ਨਸ਼ਾ ਪਾਣਾ ਤੇ ਫਿਰ ਉਹ ਨਸ਼ਾ ਫੀਲ ਹੋ ਰਿਹਾ ਯੂ ਨੋ ਬਹੁਤ ਵੱਡੇ ਲੋਕ ਹੋਏ ਨੇ ਤੇ ਬੜੇ ਖੁਦਾ ਦੇ ਬੜੇ ਕਰੀਬ ਲੋਕ ਹੋਏ ਨੇ ਜਿਨ੍ਹਾਂ ਤੇ ਇੰਨੀ ਮਿਹਰ ਰਹੀ ਕਿ ਪੂਰੀ ਦੁਨੀਆ ਤੇ ਉਹਨਾਂ ਨੂੰ ਹਕੂਮਤ ਕੀਤੀ ਸਹੀ ਗੱਲ ਆਪਣੀ ਆਵਾਜ਼ ਦੇ ਨਾਲ ਤੇ ਚਲੋ ਹੁਣ ਕਮਰਸ਼ਲ ਵਾਲੇ ਪਾਸੇ ਥੋੜਾ ਜਿਹਾ ਅਸੀਂ ਫੈਮਿਲੀ ਦੇ ਵਿੱਚ ਆਨੇ ਆ ਹਾਂ ਕਿ ਘਰ ਦੇ ਵਿੱਚ ਕੁਕਿੰਗ ਸ਼ੂਕਿੰਗ ਕਰ ਲੈਂਦੇ ਹੋ ਕਿ ਹਸਬੈਂਡ ਕਰ ਲੈਂਦੇ ਨਹੀਂ ਮੈਂ ਕਰ ਲੈਂਦੀ ਆ ਅੱਛਾ ਮੈਂ ਕਰ ਲੈਂਦੀ ਆ ਬੱਚਿਆਂ ਨੂੰ ਜਦੋਂ ਸ਼ੌਕ ਹੋਵੇ ਨਾ ਕੁਛ ਖਾਸ ਲਾਈਕ ਕਰੇਲੇ ਗੋਸ਼ ਖਾਣਾ ਜਾਂ ਕੋਈ ਦੇਸੀ ਆਪਣੇ ਪੰਜਾਬੀ ਜਿਹੜੇ ਖਾਵੇ ਨੇ ਜਾਂ ਪਾਵੇ ਬਣ ਖਾਣੇ ਨੇ ਫਿਰ ਉਹ ਕਿ ਅੰਮੀ ਅੰਮਾ ਤੁਸੀਂ ਬਣਾਉਣਾ ਹੈ ਖੁਦਾ ਦਾ ਵਾਸਤਾ ਉਹਨਾਂ ਨੂੰ ਕਹਿ ਦੇਣਾ ਉਹ ਜਿਹੜੇ ਬਣਾਉਂਦੇ ਨੇ ਉਹਨਾਂ ਨੇ ਕਹਿਣਾ ਤੁਸੀਂ ਉਹ ਅੱਛਾ ਕਹਿ ਨਹੀਂ ਸਕਦੇ ਕੁਛ ਪਸੰਦ ਨਹੀਂ ਆਉਂਦਾ ਚੁੱਪ ਕਰ ਜਾਂਦੇ ਨੇ ਲੇਕਿਨ ਜ਼ਾਹਿਰ ਇੱਕ ਰੂਟੀਨ ਘਰ ਦੀ ਜਿਹੜੀ ਹੈ ਮੈਂ ਟਰੈਵਲ 'ਚ ਰਹਿੰਦੀ ਹਾਂ ਅਤੇ ਮੇਰੀ ਜਦੋਂ ਕੋਸ਼ਿਸ਼ ਘਰ ਹੋਣੀ ਤਾਂ ਕੋਸ਼ਿਸ਼ ਕਰਨੀ ਕਿ ਮੈਂ ਇਹਨਾਂ ਨੂੰ ਆਪਣੇ ਬਣਾਵਾਂ ਹਾਂ ਬਣਾ ਕੇ ਦੇਵਾਂ ਅਤੇ ਮਾਸ਼ਾਅੱਲਾ ਬੱਚਿਆਂ ਨੂੰ ਸ਼ੌਕ ਹੁੰਦਾ ਹੈ ਕਿ ਤੁਸੀਂ ਬਣਾ ਕੇ ਦਿਓ ਅੱਛਾ ਮਤਲਬ ਖਾਣਾ ਸਿੱਖਿਆ ਬਣਾਉਣਾ ਜੀ ਬਿਲਕੁਲ ਇਹ ਅੱਛੀ ਗੱਲ ਹੈ ਨਹੀਂ ਤਾਂ ਕਈ ਸਾਡੀਆਂ ਅੱਜ ਕੱਲ੍ਹ ਯੰਗ ਕੁੜੀਆਂ ਨੇ ਜਿਹੜੀਆਂ ਕਮਰਸ਼ਲ ਦੇ ਵਿੱਚ ਉਹਨਾਂ ਨੂੰ ਖਾਣਾ ਨਹੀਂ ਪਸੰਦ ਹਾਂ ਨਹੀਂ ਮੈਂ ਅੱਜ ਵੀ ਇਹ ਗੱਲ ਹੋ ਰਹੀ ਸੀ ਕਿ ਯੰਗ ਕੁੜੀਆਂ ਬੱਚੀਆਂ ਖਾਣਾ ਨਹੀਂ ਬਣਾਉਂਦੀਆਂ ਅਤੇ ਮੈਂ ਕਹਿ ਸਕਿਆ ਦੇਖੋ ਮੇਰੀ ਵਾਲਦਾ ਨੇ ਨਾ ਮੇਰੀ ਅੰਮੀ ਇੱਕ ਸਨ ਅਤੇ ਤਿੰਨ ਭਰਾ ਸਨ ਉਹ ਇਕੱਲੇ ਸਨ ਅਖਲੋਤੇ ਸਨ ਓਕੇ ਉਹਨਾਂ ਨੇ ਕੀ ਕੀਤਾ ਜਦੋਂ ਵਾਲਦਾ ਨੇ ਉਹਨਾਂ ਨੂੰ ਇਹ ਸਿਖਾਇਆ ਅਤੇ ਜਦੋਂ ਸ਼ਾਦੀ ਹੋਈ ਲੱਗਿਆ ਅਲਹਮਦੁਲਿਲਾ ਅੱਬੂ ਅੱਛੇ ਸਨ ਉਹਨਾਂ ਨੂੰ ਸਪੋਰਟ ਰਹੀ ਅੱਬੂ ਨੂੰ ਪਤਾ ਸੀ ਕਿ ਇਹਨਾਂ ਨੂੰ ਖਾਣਾ ਖੁਣਾ ਨਹੀਂ ਬਣਾਉਣਾ ਆਉਂਦਾ ਅਤੇ ਉਹ ਸਾਡੇ ਸੇ ਜਦੋਂ ਮਤਲਬ ਵੱਡੇ ਹੋਏ ਅਤੇ ਉਹਨਾਂ ਨੇ ਨਾ ਯਕੀਨ ਕਰੋ ਤੁਸੀਂ ਕਿ ਮੈਨੂੰ ਸਾਰਾ ਕੰਮ ਸਿਖਾਇਆ ਸਪੈਸ਼ਲੀ ਖਾਣਾ ਸਫਾਈਆਂ ਹਾਲਾਂਕਿ ਤੁਹਾਨੂੰ ਪਤਾ ਉੱਥੇ ਤਾਂ ਪਾਕਿਸਤਾਨ 'ਚ ਜੀ ਮਿਲ ਜਾਂਦੀਆਂ ਲੇਕਿਨ ਸਪੈਸ਼ਲੀ ਜਦੋਂ ਮੈਂ ਨਾ ਸਕੂਲ ਜਾਣਾ ਸਕੂਲੋਂ ਵਾਪਸ ਆਉਣਾ ਮੇਰੀ ਡਿਊਟੀ ਹੁੰਦੀ ਸੀ ਕਿ ਮੈਂ ਯੂਨੀਫਾਰਮ ਨਹੀਂ ਚੇਂਜ ਕਰਨਾ ਮੈਂ ਰੋਟੀਆਂ ਪਕਾਉਣੀਆਂ ਨੇ ਕਿਉਂਕਿ ਲੰਚ ਦਾ ਟਾਈਮ ਹੁੰਦਾ ਸੀ ਸਾਲਨ ਬਣਿਆ ਹੁੰਦਾ ਸੀ ਅੰਮੀ ਸਪੈਸ਼ਲੀ ਰੋਕਦੇ ਸਨ ਕਿ ਨਹੀਂ ਰੋਟੀ ਇਹਨੇ ਆ ਕੇ ਪਕਾਉਣੀ ਅਤੇ ਉਹ ਸਾਰੀਆਂ ਚੀਜ਼ਾਂ ਨਾ ਮੇਰੇ 'ਚ ਮੇਰੀ ਛੋਟੀ ਕੰਮ ਆਈਆਂ ਨੇ ਇਹ ਐਕਚੁਅਲੀ ਇਹ ਜ਼ਰੂਰੀ ਹੈ ਬਿਲਕੁਲ ਹੈ ਇਹ ਇਹ ਆਉਣਾ ਬਹੁਤ ਜ਼ਰੂਰੀ ਹੈ ਇਸੇ ਤਾਂ ਅਸੀਂ ਖੁਦ ਆਪਣੇ ਬੱਚਿਆਂ ਨੂੰ ਵੀ ਸਿਖਾ ਰਹੇ ਹਾਂ ਕਿਉਂਕਿ ਮੈਂ ਤਾਂ ਖੁਦ ਖਾਣ ਦੀ ਬੜੀ ਸ਼ੌਕੀਨ ਹਾਂ ਬਿਲਕੁਲ ਬੜਾ ਜ਼ਰੂਰੀ ਹੈ ਕਿ ਨਾ ਬੱਚਿਆਂ ਨੂੰ ਆਉਣਾ ਚਾਹੀਦਾ ਮੈਂ ਤਾਂ ਪਤੀ ਨੂੰ ਵੀ ਸਿਖਾਤਾ ਅੱਛਾ ਹੁਣ ਅੱਜ ਕੱਲ੍ਹ ਉਹ ਵੀ ਪਕਾਉਂਦੇ ਨੇ ਬੜੀ ਚੀਜ਼ ਆ ਦੇਖੋ ਜੀ ਸਪੋਰਟ ਹੋਣੀ ਚਾਹੀਦੀ ਇੱਕ ਦੂਸਰੇ ਸਪੋਰਟ ਨਾਲ ਹੀ ਸਭ ਕੁਝ ਹੈ ਨਾ ਬਿਲਕੁਲ ਹੁਣ ਮਿਸਟਰ ਗਿੱਲ ਨੂੰ ਅਸੀਂ ਕੁੱਕ ਬਣਾ ਦੇਣਾ ਅੱਜ ਕੱਲ੍ਹ ਫਿਰ ਉਸ ਤੋਂ ਬਾਅਦ ਬੱਚੇ ਤੁਹਾਡੇ ਕੰਮ ਦੇ ਸਕੇਜਲ ਨੂੰ ਬੱਚੇ ਕਿੰਨਾ ਅੰਡਰਸਟੈਂਡ ਕਰ ਲੈਂਦੇ ਬੱਚੇ ਅੰਡਰਸਟੈਂਡ ਕਰਦੇ ਨੇ ਕਿਉਂਕਿ ਬਚਪਨ ਤੋਂ ਉਹਨਾਂ ਨੇ ਦੇਖਿਆ ਬਹੁਤ ਛੋਟੇ ਛੋਟੇ ਯਾਨੀ ਕਿ ਬਹੁਤ ਹੀ ਅਰਸਾ ਮਾਸ਼ਾਅੱਲਾ ਹੋ ਗਿਆ ਮੈਨੂੰ ਅਤੇ ਇਹਨਾਂ ਨੇ ਉਹ ਯੂਸ ਟੂ ਵੀ ਨੇ ਹੁਣ ਆ ਕੇ ਮੈਨੂੰ ਕਹਿੰਦੇ ਕਿ ਅਸੀਂ ਤੁਸੀਂ ਜਾਂਦੇ ਹੁੰਦੇ ਅਸੀਂ ਰੋਂਦੇ ਸਾਂ ਬੇਟੀ ਮੈਨੂੰ ਦੱਸਦੀ ਤੇ ਮੈਂ ਕਿਹਾ ਬੇਟਾ ਮੁੰਜੇ ਜਬ ਮੈਂ ਆਤੀ ਤਾਂ ਮੁੰਜੇ ਤੋਂ ਆਪ ਨਹੀਂ ਬਤਾਤੇ ਕਿ ਮੈਂ ਫੀਲ ਕਰਤੀ ਹੂੰ ਆਪਕੋ ਤਾਂ ਮੈਂ ਮੇਰੇ ਦਿਲ 'ਚ ਕਦੇ ਕਦੇ ਨਾ ਹੁੰਦਾ ਸੀ ਕਿ ਮੈਂ ਬਹੁਤਾ ਟਾਈਮ ਨਹੀਂ ਇਹਨਾਂ ਨੂੰ ਨਾ ਨਹੀਂ ਦੇ ਸਕਦਾ ਆਰਟਿਸਟ ਹੁੰਦਾ ਹੀ ਲੋਕਾਂ ਲਈ ਕੀ ਕੀਤਾ ਜਾ ਸਕਦਾ ਉਹ ਐਕਟਰ ਹੈ ਜਾਂ ਸਿੰਗਰ ਹੈ ਹੁਣ ਵੀ ਕਹਿੰਦੀ ਜਲਦੀ ਆ ਜਾਓ ਬਸ ਬਹੁਤ ਹੋ ਗਿਆ ਦੋ ਡੇਢ ਮਾਹ ਹੋ ਗਿਆ ਮੈਨੂੰ ਅਬ ਆ ਜਾਓ ਇਸ਼ਾਰੇ ਕਰਦੀ ਫਿਰ ਉਹ ਜ਼ੋਰ ਦੀ ਵੀ ਨਹੀਂ ਕਹਿੰਦੀ ਕਿ ਅਬ ਸੁਣੇਗਾ ਤੇ ਕਹੇਗਾ ਪਤਾ ਨਹੀਂ ਬੱਚੇ ਨਾਰਾਜ਼ ਹੋ ਰਹੇ ਨੇ ਜਾਂ ਬੱਚੇ ਫੀਲ ਕਰ ਰਹੇ ਨੇ ਅਤੇ ਉਹ ਨਾ ਮੈਨੂੰ ਫੀਲ ਹੁੰਦਾ ਕਿ ਮੈਨੂੰ ਨਾ ਲੇਕਿਨ ਕੀ ਕਰੀਏ ਇੱਕ ਇੱਕ ਸਕੈਜੂਲ ਬਣਿਆ ਹੁੰਦਾ ਫਿਰ ਉਹਨੂੰ ਤਾਂ ਕਰਨਾ ਹੁੰਦਾ ਬਿਲਕੁਲ ਫੁਲਫਿਲ ਕਰਨਾ ਹੁੰਦਾ ਹੁਣ ਤਾਂ ਖੈਰ ਵੱਡੇ ਹੋ ਗਏ ਨਾ ਹੁਣ ਤਾਂ ਅੰਡਰਸਟੈਂਡ ਕਰਦੇ ਨੇ ਕਿ ਉਹ ਮਾਮ ਸਾਡੀ ਸਟਾਰ ਹੈ ਬਿਲਕੁਲ ਕਰਦੇ ਨੇ ਤੇ ਫਿਰ ਉਹ ਸਾਰਾ ਕਹਿ ਲਓ ਨਾ ਕਿ ਫਿਰ ਵਸੂਲ ਹੋ ਜਾਂਦਾ ਹੈ ਕਿ ਜੇ ਪਤਾ ਹੋਵੇ ਕਿ ਸਾਡੀ ਮਾਮ ਬੜੀ ਫੇਮਸ ਹੈ ਔਰ ਜਿੱਦਾਂ ਮੈਂ ਦੱਸ ਰਹੀ ਹਾਂ ਕਿ ਮੈਂ ਤਾਂ ਹਿਊਜ ਫੈਨ ਹੈ ਉਹਨਾਂ ਦੀ ਕੋਈ ਗਾਣਾ ਇਹਨਾਂ ਦਾ ਨਹੀਂ ਛੱਡੀਦਾ ਜਿਹੜਾ ਕਿ ਸਪੈਸ਼ਲੀ ਪੰਜਾਬੀ ਹੋਵੇ ਤਾਂ ਮੈਂ ਹਿਊਜ ਫੈਨ ਔਰ ਸਪੈਸ਼ਲੀ ਗਜ਼ਲਸ ਹੋਣ ਅਤੇ ਮੈਨੂੰ ਲੱਗਦਾ ਕਿ ਗਜ਼ਲ ਦੀ ਜਿਹੜੀ ਟੋਨਲ ਹੈ ਨਾ ਉਹ ਹਰ ਬੰਦਾ ਨਹੀਂ ਗਾ ਸਕਦਾ ਤੇ ਉਹ ਮੈਨੂੰ ਹਾਂ ਤੇ ਉਹ ਬਿਠਾ ਕੇ ਜਿਹੜੀ ਗਾਣ ਦਾ ਤਰੀਕਾ ਹੈ ਨਾ ਤੇ ਉਹ
ਇਹਨਾਂ ਦੇ ਵਿੱਚ ਮੈਨੂੰ ਨਜ਼ਰ ਆਉਂਦਾ ਹੈ ਔਰ ਕਿਆ ਨਜ਼ਰ ਆਉਂਦਾ ਹੈ ਕਿਆ ਬਾਤ ਹੈ ਬਹੁਤ ਗਹਿਰਾ ਤੁਸੀਂ ਸੁਣਨ ਵਾਲੇ ਹੋ ਬੜੇ ਅੱਛੇ ਸਭ ਇੱਥੇ ਹੈ ਮਾਸ਼ਾਅੱਲਾ ਹਾਂਜੀ ਬਿਲਕੁਲ ਤੇ ਉਹ ਆਵਾਜ਼ ਦਾ ਜਿਹੜਾ ਤਰੀਕਾ ਮਤਲਬ ਆਫ ਕੋਰਸ ਮਾਈ ਟੀਵੀ ਐਸਾ ਲੱਕੀ ਟੀਵੀ ਰਿਹਾ ਕਿ ਅਸੀਂ ਬੜੇ ਫਨਕਾਰ ਆਏ ਨੇ ਅੱਛੇ ਲੋਕ ਆਏ ਔਰ ਸਪੈਸ਼ਲੀ ਪਾਕਿਸਤਾਨੀ ਆਰਟਿਸਟ ਨੇ ਜਿਹੜੇ ਸਾਰਾ ਸਾਰਾ ਆਰਟ ਤੇ ਭਰਿਆ ਪਿਆ ਪਾਕਿਸਤਾਨ ਦੇ ਵਿੱਚ ਬਿਲਕੁਲ ਤੇ ਮੈਜੋਰਿਟੀ ਉਹੀ ਨੇ ਪਰ ਜੋ ਹਮਾਰਾ ਚੰਨਾ ਉਹ ਹਮਾਰਾ ਚੰਨਾ ਹੀ ਹੈ ਸੋ ਦੇਰ ਇਜ਼ ਨੋ ਕਾਪੀ ਕੋਈ ਕਾਪੀ ਵੀ ਨਹੀਂ ਹੈ ਥੈਂਕ ਯੂ ਸੋ ਮਚ ओरिजिनल और ना ही तुसी किसी दी कॉपी कीती नहीं कीती बिल्कुल बिल्कुल मैं हुण सोचनी आ मैं ते बच्ची सा जदों मैं व्हेन आई वाज स्टार्टेड उदों मैं क्योंकि मेरे ज़हन च सारे वड्डे लोग जरूर सन जिन्हां च मैं बड़े वड्डे वड्डे नाम ने साडे मैडम ने जब तुसी कहिंदे घर आंदे सी पापा जी बिल्कुल बिल्कुल आंदे सन ਤੇ ਲੇਕਿਨ ਮੈਂ ਕਦੇ ਨਾ ਉਹਨਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਮੇਰੇ ਵਾਸਤੇ ਬੜਾ ਫਾਇਦਾ ਰਿਹਾ ਇਸ ਚੀਜ਼ ਦਾ ਕਿ ਕਾਪੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਆਪਣੀ ਆਵਾਜ਼ ਉਹ ਫਿਰ ਮੇਨਟੇਨ ਹੋਇਆ ਅਗਰ ਮੈਂ ਕਾਪੀ ਕਰਨ ਦੀ ਕੋਸ਼ਿਸ਼ ਕਰਦੀ ਫਿਰ ਲਾਸ ਹੋ ਜਾਂਦਾ ਫਿਰ ਲਾਸ ਹੋ ਜਾਂਦਾ ਫਿਰ ਉਹਨਾਂ ਕਹਿੰਦੇ ਉਨ ਕੀ ਨਕਲ ਕਰਦੇ ਐਸਾ ਹੀ ਹੈ ਬਿਲਕੁਲ ਯਾ ਮੈਂ ਦੇਖਿਆ ਕਈ ਐਸੇ ਸਿੰਗਰਾਂ ਹੈਗੀਆਂ ਨੇ ਵਿਚ ਇਜ਼ ਨਥਿੰਗ ਰੋਂਗ ਨੋ ਲੇਕਿਨ ਇੱਕ ਆਪਣਾ ਆਪਣਾ ਆਪਣੇ ਆਪ ਨੂੰ ਕੁਝ ਪਸੰਦ ਹੁੰਦਾ ਕਿ ਦਿਸ ਇਜ਼ ਵਟ ਆਈ ਲਾਈਕ ਹਾਂ ਯੂ نو ਹੁਣ ਮੈਂ ਜ਼ਿਆਦਾ ਜਿਵੇਂ ਕਲਾਸਿਕਲ ਬਹੁਤ ਡੀਪ ਕਲਾਸਿਕਲ ਪਸੰਦ ਕਰਦੀ ਹਾਂ ਤੇ ਮੇਰੇ ਹਸਬੰਡ ਨੇ ਹਾਲਾਂਕਿ ਦੋਨੋਂ ਅਸੀਂ ਕਲਾਸਿਕਲ ਫੈਮਿਲੀ 'ਚ ਬਿਲੋਂਗ ਕਰਦੇ ਹਾਂ ਤੇ ਉਹ ਮੈਨੂੰ ਕਈ ਵਾਰ ਕਹਿ ਦੇਣਗੇ ਯਾਰ ਮੈਨੂੰ ਨੀਂਦ ਆ ਰਹੀ ਹੈ ਚੇਂਜ ਕਰ ਤੇ ਮੈਂ ਤਾਂ ਪੁਰਾਣੇ ਗੁਲਾਮ ਅਲੀ ਖਾਨ ਸਾਹਿਬ ਵੱਡੇ ਗੁਲਾਮ ਅਲੀ ਖਾਨ ਸਾਹਿਬ ਪਤਾ ਨਹੀਂ ਪੁੱਛੋ ਨਾ ਕੀ ਕੀ ਲਗਾਉਂਦੀ ਹਾਂ ਕਈ ਵਾਰੀ ਜੇ ਉਸ ਮੂਡ 'ਚ ਆਈ ਹੋਵਾਂ ਨਾ ਕਿ ਅੱਜ ਮੈਂ ਆਹ ਸੁਣਨਾ ਕੀ ਬਾਤ ਤੇ ਫਿਰ ਉਹ 4-5 ਘੰਟੇ ਉਹ ਹੀ ਸੁਣਨਾ ਯੈਸ ਸੋ ਮੈਨੂੰ ਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਆਦਤ ਪਾਵਾਂ ਕਿ ਉਹ ਮਿਊਜ਼ਿਕ ਅੱਛਾ ਸੁਣਨ ਅੱਛਾ ਮਿਊਜ਼ਿਕ ਸੁਣ ਕੀ ਅੱਛਾ ਗਾਣ ਮੈਂ ਸਮਝ ਨਹੀਂ ਅੱਜ ਕੱਲ੍ਹ ਦੇ ਦੌਰ 'ਚ ਨਾ ਹੈ ਬੜਾ ਤੁਸੀਂ ਇੰਨਾ ਅੱਛਾ ਕਰ ਰਹੇ ਹੋ ਕਿ ਅੱਛੇ ਲਿਸਨਰਸ ਤੁਹਾਡੇ ਘਰ 'ਚ ਆਏ ਨੇ ਹਾਂਜੀ ਵਰਨਾ ਤੇ ਪਤਾ ਨਹੀਂ ਬਾਹਰ ਮਿਊਜ਼ਿਕ ਦਾ ਹੁਣ ਨਾ ਇੰਨਾ ਮਜ਼ਾ ਨਹੀਂ ਆਉਂਦਾ ਕਿ ਕੋਸ਼ਿਸ਼ ਕਰੀਦੀ ਕਿ ਅੱਛਾ ਮਿਊਜ਼ਿਕ ਅੱਗੇ ਸੁਣਾਈਏ ਜੋ ਮੈਨੂੰ ਪਸੰਦ ਹੈ ਜੋ ਮੈਂ ਕਰਨਾ ਚਾਹੁੰਦੀ ਹਾਂ ਹਾਂਜੀ ਲੇਕਿਨ ਜਦੋਂ ਸਾਹਮਣੇ ਇੰਨਾ ਸਮਝਣ ਵਾਲੇ ਨਹੀਂ ਹੁੰਦੇ ਨਾ ਤੇ ਫਿਰ ਮੈਂ ਟਰਨ ਫਿਰ ਮੈਂ ਆਪਣਾ ਚੇਂਜ ਕਰਨੀ ਆ ਫਿਰ ਮੈਂ ਸਿੰਪਲ ਜਿਹੜੀ ਚੀਜ਼ ਉਹਨਾਂ ਨੂੰ ਪਰ ਇਹ ਆਰਟਿਸਟ ਦੀ ਇੱਕ ਨਿਸ਼ਾਨੀ ਹੈ ਕਿ ਸਮਝ ਆ ਜਾਣਾ ਕਿ ਰਮਜ ਫੜਨੀ ਕਿ ਆਰਟਿਸਟ ਕੀ ਚਾਹ ਸਮਝ ਜਾਣੀ ਆਡੀਅੰਸ ਕੀ ਚਾਹ ਹਾਂ ਤੇ ਇਹ ਤਾਂ ਫਿਰ ਤੁਹਾਡਾ ਕੰਮ ਹੈ ਹਾਂ ਬਿਲਕੁਲ ਹੈ ਮੇਰਾ ਕੰਮ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ ਹੁਣ ਤੁਸੀਂ ਵਾਸ਼ਿੰਗਟਨ ਡੀਸੀ 'ਚ ਆਏ ਹੋ ਔਰ ਆਮ ਸੋ ਸੋ ਗਲੈਡ ਕਿਉਂਕਿ ਇਹ ਇਵੈਂਟ ਮੇਰੀ ਫਰੈਂਡ ਹੀ ਕਰ ਰਹੀ ਬੜੀ ਖਾਸ ਦੋਸਤ ਹੈ ਅਕੀਲਾ ਹਾਂ ਅਕੀਲਾ ਹਯਾਤ ਜੀ ਔਰ ਦਬੰਗ ਇੰਟਰਟੇਨਮੈਂਟ ਦਬੰਗ ਉਹਨੇ ਆਪਣੇ ਵਰਗਾ ਨਾਮ ਰੱਖਿਆ ਔਰ ਕੱਲ੍ਹ ਹੈਗਾ ਬਾਏ ਦ ਵੇ ਸ਼ੋਅ ਤੇ ਸਾਰੇ ਜਣੇ ਆਏ ਹੋ ਤੇ ਉਹਦੇ ਵਾਸਤੇ ਕੀ ਤੁਹਾਨੂੰ ਲੱਗਿਆ ਕਿ ਮੈਂ ਕੀ ਤਿਆਰੀ ਕਰਕੇ ਆਵਾਂ ਜਾਂ ਕਿਸ ਕਿਸ ਟਾਈਪ ਦਾ ਸਾਡੀ ਜਿਹੜੀ ਆਡੀਅੰਸ ਆ ਉਹਨਾਂ ਨੂੰ ਕੀ ਸੁਣਨ ਵਾਸਤੇ ਮਿਲੇਗਾ ਥੋੜਾ ਮਤਲਬ ਕੀ ਦੱਸੋ ਕੁਝ ਨਿਆ ਕੁਝ ਪੁਰਾਣਾ ਜੀ ਬਿਲਕੁਲ ਐਂਜੀ ਹੋਏਗਾ ਕੁਝ ਨਿਆ ਕੁਝ ਪੁਰਾਣਾ ਤੇ ਅੱਜ ਕੱਲ ਜਿਹੜੇ ਗਾਣੇ ਸੁਣਨਾ ਚਾਹ ਰਹੇ ਨੇ ਲੋਕ ਜਿਹੜੇ ਮਸ਼ਹੂਰ ਰਹੇ ਨੇ ਪਿਛਲੇ ਇੱਕ ਸਟੂਡੀਓ 'ਚ ਵੀ 2-3 ਸੌਂਗਸ ਬੜੇ ਅੱਛੇ ਬੜੇ ਅੱਛੇ ਗਏ ਨੇ ਬੜੇ ਅੱਛੇ ਗਏ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਉਹ ਜ਼ਰੂਰ ਪੰਜਾਬੀ ਬੜੇ ਸਾਰੇ ਪੰਜਾਬੀ ਹਾਂਜੀ ਬਿਲਕੁਲ ਪੰਜਾਬੀ ਉਰਦੂ ਹਾਂ ਜ਼ਰੂਰ ਜ਼ਰੂਰ ਤੇ ਵਿੱਚ ਥੋੜਾ ਇੱਕ ਅੱਧਾ ਡਾਂਸਿੰਗ ਡਾਂਸਿੰਗ ਜੀ ਜੀ ਡਾਂਸਿੰਗ ਵਾਲੇ ਵੀ ਬਿਲਕੁਲ ਹੈ ਨਾ ਹਾਂ ਸਾਰਾ ਮਿਕਸਡ ਮਾਹੌਲ ਹੋਏਗਾ ਤੇ ਜ਼ਰੂਰ ਆਪਣੇ ਲੋਕਾਂ ਨੂੰ ਜ਼ਰੂਰ ਸਪੋਰਟ ਕਰਨਾ ਚਾਹੀਦਾ ਹੈ ਬਿਲਕੁਲ ਔਰ ਮੈਂ ਤੁਹਾਨੂੰ ਕੱਲ ਦਾ ਵੈਨਿਊ ਦਾ ਐਡਰੈਸ ਵੀ ਦੱਸਿਆ ਕਿਉਂਕਿ ਬਾਈ ਹਾਰਟ ਮੈਨੂੰ ਯਾਦ ਨਹੀਂ ਹੈ ਤੇ ਇਹਨਾਂ ਨੂੰ ਕੰਪਨੀ ਦੇਣ ਵਾਸਤੇ ਸਾਡੇ ਇੱਥੇ ਦੇ ਲੋਕਲ ਟੈਲੈਂਟ ਨੇ ਉਹ ਵੀ ਬੜੇ ਵੱਡੇ ਘਰਾਣੇ ਦਿੱਲੀ ਘਰਾਣੇ ਤੋਂ ਬਿਲੋਂਗ ਕਰਦੇ ਨੇ ਅਲੀ ਹੈਸ਼ ਤੇ ਅਲੀ ਜੀ ਆਈ ਹੋਪ ਕਿ ਤੁਸੀਂ ਜਸਟਿਸ ਕਰ ਪਾਓ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਐਡਾ ਵੱਡਾ ਮੌਕਾ ਐਡੀ ਵੱਡੀ ਫਨਕਾਰ ਦੇ ਨਾਲ ਮਿਲ ਰਿਹਾ ਤੇ ਔਰ ਤੁਸੀਂ ਵੀ ਬਹੁਤ ਵੱਡੇ ਘਰਾਣੇ ਤੋਂ ਬਿਲੋਂਗ ਕਰਦੇ ਹੋ ਕਿਉਂਕਿ ਮੈਂ ਜਾਣਦੀ ਹਾਂ ਜਿਹੜੇ ਸਾਡੇ DMV ਦੇ ਲੋਕ ਨੇ ਸ਼ਾਇਦ ਉਹ ਨਹੀਂ ਜਾਣਦੇ ਸੋ ਦਿੱਲੀ ਘਰਾਣੇ ਤੋਂ ਬਿਲੋਂਗ ਕਰਦੇ ਨੇ ਅੱਛਾ ਮਾਸ਼ਾਅੱਲਾ ਹਾਂਜੀ ਤੇ ਉਹਨਾਂ ਦੇ ਫਾਦਰ ਸਾਈਡ ਵੀ ਔਰ ਉਹਨਾਂ ਦਾ ਸਸੁਰਾਲ ਸਾਈਡ ਵੀ ਕਿਉਂਕਿ ਆਫਕੋਰਸ ਜ਼ਾਹਿਰ ਜੀ ਗੱਲ ਹੈ ਕਿ ਆਪਸ ਕਜ਼ਨਾਂ ਦੇ ਵਿੱਚ ਹੀ ਵਿਆਹ ਹੁੰਦਾ ਤੇ ਤੇ ਫਿਰ ਉਹ ਮਤਲਬ ਮਿਊਜ਼ਿਕ ਘਰਾਣੇ ਦੇ ਵਿੱਚੋਂ ਬਿਲੋਂਗ ਕਰਦਾ ਮੁੰਡਾ ਔਰ ਅੱਛਾ ਗਾਉਂਦਾ ਸੋ ਅਲੀ ਕੱਲ੍ਹ ਨਾਕ ਨਹੀਂ ਘਟਾਣੀ ਤੋਂ ਨੇ ਸ਼ੁਰੂ ਕਰਨਾ ਨਾ ਜਿਹੜਾ ਪਹਿਲਾ ਸੋਰੀ ਜਦੋਂ ਸ਼ੁਰੂ ਕਰਨਾ ਮੈਂ ਜਿਸ ਤਰ੍ਹਾਂ ਕਿਹਾ ਕਿ ਮੈਂ ਗੱਡੀ 'ਚ ਸੁਣਦੀ ਆਈ ਹਾਂ ਔਰ ਸੱਚ ਡਿਫਿਕਲਟ ਧੁਨ ਇਹਨਾਂ ਨੇ ਜਿਹੜੀ ਗਾਈ ਔਰ ਵਿਦਆਊਟ ਵਾਰਮਿੰਗ ਅਪ ਵੋਇਸ ਹਲੇ ਨਹੀਂ ਤਾਂ ਵੋਇਸ ਨੂੰ ਅਸੀਂ ਵਾਰਮ ਕਰਦੇ ਹਾਂ ਤੇ ਗਲਾ ਤਿਆਰ ਕਰਦੇ ਹਾਂ ਤੇ ਉਸ ਤੋਂ ਬਿਨਾਂ ਹੀ ਇਹਨਾਂ ਨੇ ਸੁਣਾਇਆ ਤੇ ਮੈਨੂੰ ਪਤਾ ਲੱਗ ਜਾਂਦਾ ਕਿ ਬੰਦਾ ਕਿਆ ਗਾ ਸਕਦਾ ਔਰ ਕਿਆ ਨਹੀਂ ਗਾ ਸਕਦਾ ਉਹ ਤਾਂ ਖੈਰ ਸਾਨੂੰ ਪਤਾ ਹੀ ਹੈ ਬਿਕਾਜ਼ ਆਈ ਹੈਵ ਲਿਸਨਡ ਹਰ ਮੈਜੋਰਿਟੀ ਇਹਨਾਂ ਦੀ ਹਰ ਚੀਜ਼ ਹੁੰਦੀ ਰਹਿੰਦੀ ਆ ਯੂ ਨੋ ਸੋ ਕੱਲ੍ਹ ਜਿਹੜਾ ਇਵੈਂਟ ਹੋਣ ਜਾ ਰਿਹਾ ਜੀ ਉਹ ਦੱਸ ਦਈਏ ਵੁੱਡਬ੍ਰਿਜ ਦੇ ਵਿੱਚ ਹੋ ਰਿਹਾ ਤੇ ਹੋ ਰਿਹਾ ਕਬਾਬ ਜੀ ਸੋ ਜੀ ਐਜ਼ ਇਨ ਗਿੱਲ ਵਾਲਾ ਜੀ ਸੋ ਉੱਥੇ ਤੁਸੀਂ ਆਉਣਾ ਸਾਰਿਆਂ ਨੇ ਤੇ ਫਲਾਇਰ ਜਿਹੜਾ ਹੈਗਾ ਮੈਂ ਲਿੰਕ ਤੇ ਥੱਲੇ ਵੀ ਦੇ ਦਿਆਂਗੀ ਅਗਰ ਤੁਸੀਂ ਟਿਕਟ ਨਹੀਂ ਲਿੱਤੀ ਤੇ ਲੈ ਲਓ ਕਿਉਂਕਿ ਆਲਮੋਸਟ ਸੋਲਡ ਆਊਟ ਹੈ ਹਾਂ ਸੋਲਡ ਆਊਟ ਯਾ
ਸੋ ਸਾਡੇ ਜਿਹੜੇ ਸਪੌਂਸਰ ਨੇ ਮਰਾਹਾ ਜਿਹੜੇ ਹੈਗੇ ਨੇ ਉਹ ਸਪੌਂਸਰ ਨੇ, ਸਾਡੇ ਹੋਰ ਵੀ ਬੜੇ ਸਾਰੇ ਸਪੌਂਸਰਸ ਨੇ, ਨੈਸ਼ਨਲ ਹੈਗਾ ਔਰ ਜਿੱਦਾਂ ਮੈਂ ਕਿਹਾ ਕਬਾਬ ਜੀ ਹੈਗੇ ਨੇ, ਅਤੇ ਆ ਕੇ ਸੁਣੋ ਕਿਉਂਕਿ ਸਪੈਸ਼ਲੀ ਥੈਂਕ ਯੂ ਇਹੋ ਜਿਹੇ ਸਪੌਂਸਰਸ ਦਾ ਜਿਹੜੇ ਕਿ ਸਾਡੇ ਫਨਕਾਰਾਂ ਨੂੰ ਸਪੋਰਟ ਕਰਦੇ ਨੇ, ਕਿਉਂਕਿ ਇਹ ਤੁਹਾਡਾ ਥੈਂਕ ਯੂ ਹੈ, ਕਿਉਂਕਿ ਤੁਸੀਂ ਅਗਰ ਸਪੋਰਟ ਨਹੀਂ ਕਰੋਗੇ ਤਾਂ ਸਾਡੇ ਫਨਕਾਰ ਸਾਡੇ ਕੰਨਾਂ ਤੱਕ ਨਹੀਂ ਪਹੁੰਚਣਗੇ, ਸਾਡੀ ਆਡੀਅੰਸ ਤੱਕ ਨਹੀਂ ਪਹੁੰਚਣਗੇ, ਔਰ ਸਾਡੀ ਆਡੀਅੰਸ ਨੂੰ ਸੁਰੀਲਾ ਮਿਊਜ਼ਿਕ ਸੁਣਨ ਦੀ ਬਹੁਤ ਲੋੜ ਹੈ, ਸਪੈਸ਼ਲੀ ਇਸ ਦੌਰ ਦੇ ਵਿੱਚ। ਬਿਲਕੁਲ ਹੈ। ਅਤੇ ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਜਾਣ ਨਹੀਂ ਦੇਣਾ, ਆਲਮੋਸਟ ਟਾਈਮ ਹੋ ਗਿਆ, ਕਿਉਂਕਿ ਆਈ ਨੋ ਤੁਹਾਡੀ ਕਮਿਟਮੈਂਟ ਅੱਗੇ ਵੀ ਹੋਰ ਹੈ, ਅਤੇ ਕੁਛ ਵੀ ਐਸਾ ਕੋਈ ਪੰਜਾਬੀ ਕੋਈ ਸੌਂਗ ਜਾਂ ਕੋਈ ਤੁਹਾਨੂੰ ਲੱਗੇ ਕਿ ਕੁਛ ਵੀ ਦਿਲ ਚਾਹ ਰਿਹਾ? ਜ਼ਰੂਰ ਮੈਂ ਸ਼ੇਅਰ ਕਰਨੀ। ਪਸੰਦ ਆ ਸਪਨੇ ਕੀ ਸੁਣਾ? ਮੈਨੂੰ ਤਾਂ ਬੜਾ ਕੁਛ ਪਸੰਦ ਹੈ, ਮੈਨੂੰ ਤਾਂ ਮਨ ਮੇਰੀ ਗੱਲ ਵੀ ਪਸੰਦ ਹੈ, ਜਾਂ ਕਾਲਾ ਜੋੜਾ ਉਹ ਬੜਾ ਪਸੰਦ ਹੈ, ਘੁੰਮ ਚ ਰੱਖਣਾ ਬੜਾ ਪਸੰਦ ਹੈ, ਪਰ ਮੈਨੂੰ ਪਤਾ ਕਿ ਵੋਇਸ ਵਾਰਮ ਹੋਣੀ ਚਾਹੀਦੀ ਹੈ, ਸੋ ਆਈ ਡੋਂਟ ਵਾਂਟ ਟੂ ਗਿਵ ਯੂ ਵੈਰੀ ਹਾਰਡ ਸੌਂਗ, ਜਿਹੜਾ ਕਿ ਤੁਹਾਨੂੰ ਲੱਗੇ ਕਿ ਐਨੀਥਿੰਗ, ਕਿਉਂਕਿ ਆਫ ਕੋਰਸ ਕੱਲ੍ਹ ਮਿਊਜ਼ਿਕ ਦੇ ਨਾਲ ਤੁਹਾਡਾ ਡਬਲ ਮਜ਼ਾ ਆਏਗਾ ਓਬਵੀਅਸਲੀ। ਹਾਂ ਓਕੇ। ਜਾਂ ਕੋਈ ਗਜ਼ਲ ਦਿਮਾਗ 'ਚ ਆ ਰਹੀ ਹੈ ਉਹ ਗਾ ਦਿਓ। ਹਾਂ ਗਜ਼ਲ, ਗਜ਼ਲ ਕਰਨੀ ਜੀ ਜ਼ਰੂਰ। ਮੁਰਕੀਆਂ ਲਗਾਉਣ ਦਾ ਸਟਾਈਲ ਹੈ, ਹਾਲਾਂਕਿ ਖਾਨ ਸਾਹਿਬ ਨੂੰ ਬੜਾ ਮੁਸ਼ਕਿਲ ਆ ਫੜਨਾ, ਉਸ ਤੋਂ ਬਾਅਦ ਇਹਨਾਂ ਨੇ ਵਿੱਚ ਆਪਣੀ ਲਗਾਈਆਂ ਨੇ ਮੁਰਕੀਆਂ, ਸੋ ਦੈਟ ਇਜ਼ ਵੈਰੀ ਨਾਈਸ। ਔਰ ਕਿਆ ਸੌਫਟਨੈਸ ਵੋਇਸ ਦੀ, ਕਿਆ ਬਾਤ ਹੈ, ਕਿਆ ਬਾਤ ਹੈ, ਇਹ ਹਰ ਹਰ ਬੰਦੇ ਦਾ ਕੰਮ ਨਹੀਂ ਹੈ ਜੀ, ਵੋਇਸ ਨੂੰ ਸੌਫਟ ਕਰਕੇ ਗਾਣਾ, ਕਿੰਨੀ ਥਰੋ ਦੇਣੀ ਹੈ ਔਰ ਕਿੱਥੇ ਉਹਨੂੰ ਫੜਨਾ ਹੈ, ਸੋ ਵਟ ਅ ਅਰੇ ਕਿਆ ਬਾਤ, ਕਿਆ ਬਾਤ ਹੈ। ਆਪ ਖੁਸ਼ ਰਹੋ, ਜੀਤੇ ਰਹੋ, ਤੇ ਤੁਹਾਡੇ ਅਸੀਂ ਲਿਸਨਰਸ ਹੈਨ ਨਾ, ਤੇ ਬਸ ਬਹੁਤ ਬਹੁਤ ਥੈਂਕ ਯੂ। ਮੈਂ ਕਿਹਾ ਆਮ ਯੂਜ ਫੈਨ, ਔਰ ਦੇਖੋ ਅਸੀਂ ਕੋਈ ਪਲਾਨ ਨਹੀਂ ਕੀਤਾ ਸੀ ਕਿ ਅਸੀਂ ਗਾਵਾਂਗੇ, ਇਹ ਮੇਰੇ ਦਿਲ 'ਚ ਸੀਗਾ ਕਿ ਕਿਉਂਕਿ ਸਾਡਾ ਜਿਹੜਾ ਮਾਈ ਟੀ ਵੀ ਚੈਨਲ ਹੈ, ਇੰਡੀਆ ਔਰ ਪਾਕਿਸਤਾਨ ਦੇ ਮਜੋਰਿਟੀ ਜਿਹੜੇ ਆਰਟਿਸਟ ਪਰਿਵਾਰ ਨੇ, ਔਰ ਸਾਡੀ ਆਡੀਅੰਸ ਬਹੁਤ ਸੁਰੀਲੀ ਆਡੀਅੰਸ ਹੈ, ਆਈ ਐਮ ਸੋ ਲੱਕੀ ਕਿ ਜਿਹੜੀ ਸਾਡੀ ਆਡੀਅੰਸ ਹੈ ਇੰਨੀ ਕੁ ਸੁਰੀਲੀ ਆਡੀਅੰਸ ਹੈ, ਕਿ ਉਹਨਾਂ ਸਾਹਮਣੇ ਅਸੀਂ ਅੱਛੇ ਅੱਛੇ ਫਨਕਾਰ, ਇਸ ਤਰ੍ਹਾਂ ਦੇ ਫਨਕਾਰਾਂ ਨੂੰ ਸ਼ਾਮਿਲ ਕਰਦੇ ਹਾਂ, ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਤੁਹਾਡੇ ਸਾਹਮਣੇ, ਔਰ ਇਸ ਤਰ੍ਹਾਂ ਦੀ ਗਾਇਕੀ ਗਾਇਸ ਸਪੋਰਟ ਕਰੋ। ਸੋ ਕੀ ਕਰਨਾ, ਕੱਲ੍ਹ ਆਉਣਾ ਸਾਰਿਆਂ ਨੇ 7 o'clock ਵੁੱਡਬ੍ਰਿਜ, ਕਬਾਬ ਜੀ ਫੋਨ ਨੰਬਰ ਤੁਹਾਨੂੰ ਦੇ ਦਿਆਂਗੇ ਡਿਸਕ੍ਰਿਪਸ਼ਨ ਦੇ ਵਿੱਚ, ਔਰ ਜਾਂਦੇ ਜਾਂਦੇ ਅਸੀਂ ਹੁਣ ਇਹਨਾਂ ਨੂੰ ਕਹਾਂਗੇ ਕਿ ਕੋਈ ਮੈਸੇਜ ਦੇਣਾ ਚਾਹੋਗੇ ਸਾਡੀ ਆਵਾਮ ਨੂੰ? ਜੀ ਮੈਂ ਜ਼ਰੂਰ ਦੇਣਾ ਚਾਹਾਂਗੀ ਕਿ ਮਿਊਜ਼ਿਕ ਸਪੋਰਟ ਚਾਹੁੰਦਾ ਹੈ, ਅੱਛੇ ਆਰਟਿਸਟ ਸਪੋਰਟ ਚਾਹੁੰਦੇ ਨੇ, ਅਤੇ ਜਦੋਂ ਆਪਣੇ 'ਤੇ ਸਪੋਰਟ ਹੋ ਜਾਵੇ ਤਾਂ ਫਿਰ ਬੱਲੇ ਬੱਲੇ ਹੋ ਜਾਂਦੀ। ਵਾਹ ਕਿਆ ਬਾਤ, ਜਿਵੇਂ ਮਾਸ਼ਾਅੱਲਾ ਮੈਂ ਬਹੁਤ ਖੁਸ਼ ਹਾਂ ਤੁਹਾਡੇ ਸਮਾਤਾਂ 'ਤੇ ਕਿ ਤੁਸੀਂ ਬਹੁਤ ਅੱਛਾ ਸੁਣਨ ਵਾਲੇ ਹੋ, ਅਤੇ ਫਿਰ ਮਿਊਜ਼ਿਕ ਰਿਲੇਟ ਚੀਜ਼ਾਂ ਨੂੰ ਲੈ ਕੇ ਚੱਲ ਰਹੇ ਹੋ ਨਾ ਜੀ, ਅਤੇ ਤੁਸੀਂ ਮੇਰੀ ਦੁਆ ਹੈ ਕਿ ਤੁਸੀਂ ਕਾਇਮ ਦਹਿਮ ਰਹੋ, ਤੁਹਾਨੂੰ ਹੋਰ ਰੱਬ ਤਰੱਕੀ ਦੇਵੇ, ਅਤੇ ਇਸ ਤਰ੍ਹਾਂ ਆਪਣੇ ਆਰਟਿਸਟ ਨੂੰ ਸਪੋਰਟ ਕਰਦੇ ਰਹੋ ਜੀ। ਬਿਲਕੁਲ, ਮਿਊਜ਼ਿਕ ਨੂੰ ਸਪੋਰਟ ਕਰਦੇ ਰਹੋ। ਵੈਰੀ ਨਾਈਸ, ਗੁੱਡ ਜੋਬ। ਸੋ ਇਸੀ ਛੋਟੇ ਜਿਹੇ ਨੋਟ ਦੇ ਨਾਲ ਮੋਨੀ ਗਿੱਲ ਵੱਲੋਂ ਅਤੇ ਹੁਮੈਰਾ ਚੰਦਰ ਜੀ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਕੱਲ੍ਹ ਮਿਲਦੇ ਹਾਂ ਕਬਾਬ ਜੀ 'ਤੇ। Hi, my name is Kuldeep Gill. I'm broker of Sky Realty. Layla Studio. One-stop shop for all your beauty makeovers and hairstyles. Offering hair coloring, stylings, skincare and makeup.
from celebrities to housewives, your ultimate beautification destination. Look and feel fabulous at Layla Studio. Thread Salon, located in the beautiful location of Washington, D.C. A modern salon with a relaxing, friendly, hygienic environment to address all of your facial removal needs. We specialize in eyebrow threading, body waxing, eyebrow tinting, eyebrow microblading, and eyelash extensions. For more information, call us at 202-265-7710. Book your appointment today. Novaderm Institute is the only med spa which offers non-invasive treatments with maximum anti-aging benefits. We've done the hard work for you, so come and experience it with us. Hey everyone, I'm Leia Rushlow, Mrs. DC America 2018. Everyone is beautiful, and I think if you're anything like me, you're always looking for the up-to-date, the newest, brightest, best skincare there is out there, with minimal to zero downtime. Novaderm Institute will guide you to a smart skincare plan that will leave you feeling in awe and totally rejuvenated. We believe good skin is always in.